ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੇਰਾ ਨਾਮ ਜਤਿੰਦਰ ਸਿੰਘ ਖੇਹਰਾ ਮੈਂ ਹਾਂ ਬਰਨ ਕੌਰਮਾਨ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਅਖਬਾਰ ਨਾਮਾ ਜਦੋਂ ਅਸੀਂ ਗੱਲ ਸ਼ੁਰੂ ਕਰਨ ਦੀ ਗੱਲ ਸੋਚ ਰਹੇ ਸੀ ਤੇ ਮੈਂ ਅਚਾਨਕ ਆਪਣਾ ਜਿਹੜਾ ਲੈਪਟਾਪ ਖੋਲ ਕੇ ਬੈਠ ਗਿਆ ਤੇ ਖਬਰ ਜਿਹੜੀ ਹੈ ਉਹ ਸੁੱਧੀ ਯੂਐਸਏ ਵਿੱਚ ਲੈ ਕੇ ਜੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਇਹ ਕਹਿ ਲਿਆ ਕਿ ਝੰਡਾ ਬਰਦਾਰ ਬਣਿਆ ਹੋਇਆ ਸੀ ਯੂਐਸਏ ਡੈਮੋਕ੍ਰੇਸੀ ਦਾ ਪਿਛਲੇ ਕੁਝ ਦਿਨਾਂ ਤੋਂ ਐਦਾਂ ਲੱਗ ਰਿਹਾ ਕਿ ਇਹ ਹਾਸੋ ਹੀ ਨਹੀਂ ਜਿਹੜਾ ਮਜ਼ਾਕ ਹੋ ਰਿਹਾ ਹੈ ਯੂਐਸਏ ਦੇ ਵਿੱਚ ਔਰ ਇੱਕ ਭਰਮ ਸਿਗਾ ਸਾਨੂੰ ਜਿਹੜਾ ਸਾਰਿਆਂ ਨੂੰ ਹੁੰਦਾ ਹੈ ਅਕਸਰ ਕਿ ਡਿਵੈਲਪ ਜਿਹੜੀਆਂ ਕੰਟਰੀਜ਼ ਹੁੰਦੀਆਂ ਡਿਵੈਲਪਡ ਕੰਟਰੀਜ਼ ਹੁੰਦੀਆਂ ਨਾ ਉਹਨਾਂ ਦੇ ਵਿੱਚ ਜਿਹੜਾ ਇਦਾਂ ਦਾ ਮਾਹੌਲ ਨਹੀਂ ਹੁੰਦਾ ਸਾਨੂੰ ਲੱਗਦਾ ਸੀ ਕਿ ਸ਼ਾਇਦ ਸਾਡੇ ਵਰਗੇ ਮੁਲਕ ਦੇ ਵਿੱਚ ਹੀ ਇਦਾਂ ਦੀ ਗੱਲ ਹੁੰਦੀ ਹੈ ਯਦੋਂ ਸੀ ਯੂਐਸਏ ਦੀ ਗੱਲ ਕਰਦੇ ਆਂ ਤੇ ਯੂਐਸਏ ਜਿਹੜਾ ਹੈ ਉਹ ਝੰਡਾ ਬਰਦਾਰ ਹੈ ਡੈਮੋਕ੍ਰੇਸੀ ਦਾ ਪਰ ਯਦੋਂ ਜੁਐਸਏ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਲਗਾਤਾਰ ਇੰਜ ਲੱਗ ਰਿਹਾ ਹੈ ਕਿ ਉਹ ਭਰਮਜ ਭਲੇਖੇ ਜਿਹੜੇ ਨੇ ਡਿਵੈਲਪ ਕੰਟਰੀਜ਼ ਨੂੰ ਲੈ ਕੇ ਜੜੀਆਂ ਨੇ ਹੁੰਦੇ ਸਾਰਿਆਂ ਦੇ ਹੁੰਦੇ ਨੇ ਕਿ ਇਹਨਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਇਹਨਾਂ ਦੇ ਵਿੱਚ ਬਜਰੰਗ ਦਲ ਨਹੀਂ ਹੁੰਦਾ ਇਹਨਾਂ ਦੇ ਵਿੱਚ ਆਰਐਸਐਸ ਨਹੀਂ ਹੁੰਦਾ ਉਹ ਕਿਤੇ ਨਾ ਕਿਤੇ ਮਿਲਦਾ ਪਿਛਲੇ 2-3 ਦਿਨਾਂ ਦੇ ਵਿੱਚੋਂ ਸਾਡੇ ਸਾਰਿਆਂ ਦੇ ਜਿਹੜੇ ਨੇ ਉਹ ਭਲੇਖੇ ਦੂਰ ਹੋ ਗਏ ਨੇ ਜਿਸ ਤਰੀਕੇ ਦਾ ਰਵਈਆ ਹੈ ਟਰੰਪ ਦਾ ਇਸ ਵਕਤ ਹੈ ਨਾ ਕਹਿੰਦੇ ਕੁਰਸੀ ਦਾ ਲਾਲ ਉਹ ਕੁਰਸੀ ਨੂੰ ਛੱਡਣਾ ਨਹੀਂ ਚਾਹੁੰਦੇ ਉਸਦੇ ਲਈ ਵੱਖਰੇ ਵੱਖਰੇ ਤਰੀਕੇ ਦੇ ਹੱਤਕੰਡੇ ਅਪਣਾ ਰਹੇ ਨੇ ਉਹਨਾਂ ਦੀ ਆਡੀਓ ਵੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਵੋਟਾਂ 'ਚ ਗਿਣਤੀ ਛੇੜਾ ਫੇਰੀ ਕਰਕੇ ਦੁਬਾਰਾ ਜਿੱਤਣ ਦੀ ਕੋਸ਼ਿਸ਼ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਔਰ ਹਿੰਸਾ ਜਿਹੜੀ ਪੜਕਾਈ ਹੈ ਉਸ ਤੋਂ ਬਾਅਦ ਉਹਨਾਂ ਦੇ ਕੁਝ ਸੋਸ਼ਲ ਸਾਈਟਸ ਦੇ ਅਕਾਊਂਟ ਆ ਜਿਹੜੇ ਕੁਝ ਸਮੇਂ ਦੇ ਲਈ ਬਲੌਕ ਵੀ ਕੀਤੇ ਗਏ ਹਨ ਮਿੱਥੇ ਸਮੇਂ ਦੇ ਲਈ ਬੰਦ ਕਰਨ ਤੋਂ ਬਾਅਦ ਮਤਲਬ ਹਰ ਤਰੀਕੇ ਦੇ ਨਾਲ 트ੰਪ ਜਿਹੜੇ ਨੇ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਕੁਰਸੀ ਦੁਬਾਰਾ ਵਾਪਸ ਆ ਜਾਵੇ ਔਰ ਮੈਨੂੰ ਸਭ ਤੋਂ ਵਧੀਆ ਗੱ ਹਨ ਉਹ ਸਾਰੇ ਖੁੱਲ ਕੇ ਵਿਰੋਧ ਕਰ ਰਹੇ ਨੇ 트럼ਪ ਦਾ ਬਹੁਤ ਸਾਰੇ ਉਹਨਾਂ ਦੇ ਮੌਜੂਦਾ ਮੰਤਰੀ ਵੀ ਇਸ ਵਕਤ 트럼ਪ ਦਾ ਵਿਰੋਧ ਕਰ ਰਹੇ ਨੇ ਜਤਿੰਦਰ ਇੱਥੇ ਮੈਂ ਇਹ ਗੱਲ ਜ਼ਰੂਰ ਭਾਰਤ ਦੇ ਨਾਲ ਜੋੜਨਾ ਚਾਹੂੰਗੀ ਜਿੱਦਾਂ ਨਰਿੰਦਰ ਮੋਦੀ ਹੋਣਾਂ ਦਾ ਵਿਰੋਧ ਦੇਖੋ ਉਹਨਾਂ ਦੀ ਪਾਰਟੀ ਦੇ ਬੰਦੇ ਚ ਕਿਸੇ 'ਚ ਹਿੰਮਤ ਹੀ ਨਹੀਂ ਉਹਨਾਂ ਦਾ ਖੁੱਲ ਕੇ ਵਿਰੋਧ ਕਰ ਸਕੇ ਬਾਗੀ ਹੋਣ ਦੀ ਹਿੰਮਤ ਨਹੀਂ ਉਹਨਾਂ ਲੋਕਾਂ 'ਚ ਹਿੰਮਤ ਹੈ ਕਿ ਉੱਥੇ ਉਹ ਖੁੱਲ ਕੇ ਬਾਗੀ ਹੋ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਉੱਥੇ ਇੱਕ ਮਹਿਲਾ ਦੀ ਵੀ ਮੌਤ ਹੋ ਜਾਂਦੀ ਹੈ ਔਰ ਬਦਸਲੂਕੀ ਹੁੰਦੀ ਹੈ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਚਪੇੜਾ ਮਾਰ ਕੇ ਉਹਨਾਂ ਤੋਂ ਕੈਮਰੇ ਖੋਏ ਜਾਂ ਇਹਨਾਂ ਤੋਂ ਬਾਅਦ ਤਾਂ 트ੰਪ ਦੀ ਸਿੱਧੀ ਸਿੱਧੀ ਚ ਸਾਜ਼ਿਸ਼ ਹੈ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਸੱਤਾ ਜਿਹੜੀ ਹੈ ਦੁਬਾਰਾ ਹਾਸਲ ਹੋ ਜਾਏ ਸੱਤਾ ਦਾ ਮੋਹ ਉਹ ਦੁਬਾਰਾ ਪਾ ਕੇ ਇੱਕ ਵਾਰੀ ਫਿਰ ਤੋਂ ਆਪਣੀਆਂ ਜਿਹੜੀਆਂ ਨੀਤੀਆਂ ਨੇ ਉਹ ਲਾਗੂ ਕਰਕੇ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਕਿ ਵਾਰ-ਵਾਰ ਬੰਦਾ ਗਲਤੀਆਂ ਨੂੰ ਦੁਹਰਾਉਂਦਾ ਹੈ ਉਹ ਗਲਤੀ ਨੂੰ ਦੁਬਾਰਾ ਦੁਹਰਾਉਣਾ ਚਾਹੁੰਦੇ ਹੈ अच्छा ਇਹ ਹੱਸੋਣੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਗਲਤੀ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜੇ ਤੇ ਮੈਂ ਕੁਝ ਗਲਤ ਨਹੀਂ ਕਰ ਰਿਹਾ ਤਾਂ ਫਿਰ ਇਹਦੇ ਵਿੱਚ ਜਿਹੜਾ ਅੱਗੇ ਵਧਣ ਦੇ ਵਿੱਚ ਕੀ ਹਰਜਾ اچھا ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਸੋਸ਼ਲ ਅਕਾਊਂਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ ਮੈਂ ਹੁਣ ਜਿਹੜੀ ਖਬਰ ਪੜ੍ਹ ਰਿਹਾ ਉਹ ਹੈ ਕਿ ਟਵਿੱਟਰ ਨੇ ਉਹਨਾਂ ਦਾ ਜਿਹੜਾ ਅਕਾਊਂਟ ਹੈ ਉਹ ਪਰਮਾਨੈਂਟ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਸਪੈਂਡ ਕਰ ਦਿੱਤਾ ਹੈ ਸੋ ਦੇਖੋ ਕੱਲ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ 12 ਘੰਟੇ ਲਈ ਬੰਦ ਹੈ ਪਰ ਸੋ ਆ ਰਹੀਆਂ ਸੀ ਖਬਰਾਂ ਕਿ 12 ਘੰਟੇ ਲਈ ਜਿਹੜਾ ਟਵਿੱਟਰ ਅਕਾਊਂਟ ਹੈ ਇਹਨ ਇਸ ਕਰਕੇ ਬੰਦ ਹੈ ਕਿਉਂਕਿ ਇਹ ਵਾਇਲੈਂਸ ਨੂੰ ਜਿਹੜਾ ਹੈ ਲਗਾਤਾਰ ਪ੍ਰਮੋਟ ਕਰ ਰਹੇ ਨੇ ਪਰ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਅਕਾਊਂਟ ਤਾਂ ਬੰਦ ਹੋ ਗਏ ਫਿਰ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸੀ ਜਾਂ ਇਹ ਕਹ ਲੋ ਕਿ ਹਾਰਡਲਾਈਨਰ ਸੀਗੇ ਜਿਹੜੇ ਇਹ ਯਕੀਨ ਕਰਦੇ ਸੀ ਕਿ ਨਹੀਂ ਨਹੀਂ ਟਰੰਪ ਸਾਹਿਬ ਤਾਂ ਬਹੁਤ ਚੰਗੇ ਨੇ ਟਰੰਪ ਸਾਹਿਬ ਹੋਣਾ ਨੇ ਜੋ ਕੀਤਾ ਸਹੀ ਕੀਤਾ ਹੈ ਹਨਾ ਉਹ 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 ਕਰ ਰਹੇ ਉਹਨਾਂ ਦੇ ਥਰੂ ਇਹ ਟਵੀਟ ਕਰ ਰਹੇ ਸੀ ਕਿ ਹੁਣ ਮੈਂ ਜਿਹੜੀ ਗੱਲ ਹੈ ਨਾ ਹੁਣ ਮੈਂ ਇਦਾਂ ਕਰੂੰਗਾ ਕਿ ਮੈਂ ਇੱਕ ਆਪਣੀ ਐਪ ਡਿਵੈਲਪ ਕਰੂੰਗਾ ਕਿਉਂਕਿ ਟਵਿੱਟਰ ਨੇ ਜਿਹੜਾ ਹੈ ਮੇਰਾ ਅਕਾਊਂਟ ਬੰਦ ਕੇ ਬੈਨ ਕਰ ਦਿੱਤਾ ਮੈਂ ਇੱਕ ਆਪਣ ਜਿਹੜਾ ਹੈ ਮੈਂ ਕੰਮ ਕਰਿਆ ਕਰੂੰਗਾ ਕਿੰਨੀ ਬੇਵਕੂਫੀ ਵਾਲੀ ਗੱਲ ਹੈ ਕਿ ਸੋਸ਼ਲ ਅਕਾਊਂਟ ਜਿਹੜਾ ਹੈ ਉਹ ਤੁਹਾਨੂੰ ਦੱਸ ਰਿਹਾ ਕਿ ਤੁਹਾਡਾ ਜਿਹੜਾ ਅਕਾਊਂਟ ਹੈ ਉਹ 12 ਘੰਟੇ ਲਈ ਸਸਪੈਂਡ ਹੈ ਕਿਉਂਕਿ ਤੁਸੀਂ ਜਿਹੜਾ ਹੈ ਵਾਇਲੈਂਸ ਨੂੰ ਜਿਹੜਾ ਹੈ ਪ੍ਰੋਵੋਕ ਕੀਤਾ ਹੈ ਤਾਂ ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਮੈਂ ਜੋ ਹੈਗਾ ਆ ਮੈਂ ਜੋ ਵੀ ਕਰ ਸਕਦਾ ਆ ਉਸ ਤਰੀਕੇ ਦੇ ਨਾਲ ਮੈਂ ਕਰ ਲਾਂਗਾ ਇੱਕ ਗੱਲ ਜਿਹੜੀ ਇੱਥੇ ਵੇਖਣ ਨੂੰ ਮਿਲਦੀ ਹੈ ਨਾ ਕਿ ਇਹ ਬਹੁਤ ਤਕੜੇ ਬਿਜ਼ਨਸਮੈਨ ਨੇ ਟਰੰਪ ਹੋਣੀ ਕਿਉਂਕਿ ਮੈਂ ਅਮਰੀਕਾ ਦੀ ਹਿਸਟਰੀ ਕਹਿ ਲਓ ਜਾਂ ਕਿਸੇ ਹੋਰ ਥਾਂ ਦੀ ਹਿਸਟਰੀ ਕਹਿ ਲਓ ਕਿ ਤੁਸੀਂ ਜਦੋਂ ਕਿਸੇ ਦੇਸ਼ ਦੇ ਰਾਸ਼ਟਰਪ ਮੇਵਾਰੀ ਤੁਹਾਡੇ ਸਿਰ ਤੇ ਆ ਜਾਂਦੀ ਹੈ ਨਾ ਤੁਸੀਂ ਬੜੇ ਸੁਲਝੇ ਹੋਏ ਇਨਸਾਨ ਬਣ ਜਾਂਦੇ ਜੀ ਪਰ ਟਰੰਪ ਦੇ ਕੇਸ ਵਿੱਚ ਆਇਆ ਕਿ ਉਹ ਪਹਿਲਾਂ ਕੀ ਸੀਗਾ ਬਿਜ਼ਨਸਮੈਨ ਸੀਗਾ ਜਿੱਥੇ ਉਹ ਲੋਕਾਂ ਨੂੰ ਪੈਸੇ ਦੇ ਨਾਲ ਟਰੀਟ ਕਰਦਾ ਸੀਗਾ ਜੇ ਮੈਨੂੰ ਤੁਹਾਡੀ ਹਾਂ ਦੇ ਵਿੱਚ ਹਾਂ ਨਾ ਮੈਂ ਮਿਲਾਈ ਤੇ ਕੱਲੂ ਮੈਂ ਫਾਇਰ ਆ ਜੀ ਮੈਂ ਕੱਢ ਦੇਣਾ ਦੂਸਰੇ ਬੰਨੇ ਜੇ ਅਮਰੀਕਾ ਦੀ ਨੀਤੀ ਦੇਖੀ ਜਾਵੇ ਜਿਹੜੀ ਵਰਕ ਨੀਤੀ ਆ ਉਹਦੇ ਉੱਤੇ ਕਿਸੇ ਬੰਦੇ ਨੂੰ ਹਾਇਰ ਕਰਨਾ ਤੇ ਬੰਦੇ ਨੂੰ ਕੱਢਣਾ ਜਿਹੜਾ ਹੈ ਉਹ ਦੋਹੇ ਚੀਜ਼ਾਂ ਬਹੁਤ ਸੌਖੀਆਂ ਹੈ। ਇੱਥੇ ਬਹੁਤ ਸਾਰੇ ਮੁਲਕ ਨੇ ਜਦੋਂ ਤੁਸੀਂ ਜਿਹੜਾ ਆਪਾਂ ਜਪਾਨ ਦੀ ਗੱਲ ਕਰ ਲਈਏ, ਫਿਨਲੈਂਡ ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਨਿਊਜ਼ੀਲੈਂਡ ਦੀ ਗੱਲ ਕਰ ਲਈਏ ਤੇ ਉੱਥੇ ਇਦਾਂ ਹੁੰਦਾ ਕਿ ਜੇ ਤੁਸੀਂ ਕਦੇ ਕਿਸੇ ਬੰਦੇ ਨੂੰ ਹਾਇਰ ਕਰ ਲਿਆ ਨਾ ਇੱਕ ਵਾਰ, ਉਹ ਤੁਹਾਡੀ ਲਾਇਬਿਲਟੀ ਹੁੰਦੀ ਹੈ। ਤੁਸੀਂ ਉਹਨੂੰ ਐਵੇਂ ਬਿਨਾ ਮਤਲਬ ਤੋਂ ਜਿਹੜਾ ਹੈ ਕੰਮ ਤੋਂ ਨਹੀਂ ਕੱਢ ਸਕਦੇ। ਜੀ ਇਹ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਸੌਖਾ ਤਰੀਕਾ ਆ ਤੁਸੀਂ ਹਾਇਰ ਵੀ ਜਲਦੀ ਕਰ ਲੈਨੇ ਹੋ ਤੁਸੀਂ ਕੱਟ ਵੀ ਜਲਦੀ ਲੈਨੇ ਆ ਸੋ ਇਹ ਜਿਹੜਾ ਉਹਨਾਂ ਨੂੰ ਲੱਗਦਾ ਹੈ ਟਰੰਪ ਸਾਹਿਬ ਨੂੰ ਕਿ ਭਈ ਮੈਂ ਤਾਂ ਹੱਲੇ ਵੀ ਕਿਸੇ ਸੀਈਓ ਆ ਕਿਸੇ ਕੰਪਨੀ ਦਾ ਤੇ ਮੈਂ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਅੰਦਰ ਲਿਆਵਾਂ ਮੈਂ ਤੇ ਜਿਹਨੂੰ ਮਰਜ਼ੀ ਕੱਢ ਲਵਾਂ ਉਹ ਉਹ ਹਿਸਾਬ ਸੀਗਾ ਅਮਰੀਕਨ ਹਿਸਟਰੀ ਦੇ ਵਿੱਚ ਐਦਾਂ ਕਦੇ ਨਹੀਂ ਹੋਇਆ ਕਿ FBI ਚੀਫ ਜਿਹੜਾ ਹੈ ਉਹਨੂੰ ਆਉਂਦੇ ਹੀ ਕਿਸੇ ਸਰਕਾਰ ਨੇ ਕੱਢ ਦਿੱਤਾ ਕਿਉਂਕਿ ਟਰਮ ਜਿਹੜੀ ਜਨਰਲੀ ਉੱਥੇ ਹੁੰਦੀ 10 ਸਾਲਾਂ ਦੀ ਟਰਮ ਮੰਨੀ ਜਾਂਦੀ ਹੈ ਕਿ 5 ਸਾਲ ਉਹ ਕਿਸੇ ਹੋਰ ਦੀ ਸਰਕਾਰ ਦੇ ਵਿੱਚ ਹੁੰਦੇ ਨੇ 5 ਸਾਲ ਕਿਸੇ ਹੋਰ ਦੀ ਸਰਕਾਰ ਦੇ ਵਿੱਚ ਹੁੰਦੇ ਨੇ ਜਦੋਂ ਦੇ ਟਰੰਪ ਸਾਹਿਬ ਹੁਣੀ ਆਏ ਨੇ ਉੱਥੇ ਉਹਨਾਂ ਨੇ ਪਹਿਲਾਂ ਤੇ ਕੀਤਾ ਕਿ FBI ਦਾ ਜਿਹੜਾ ਚੀਫ ਸੀਗਾ ਉਹਨੂੰ ਕਿਹਾ ਵੀ ਤੈਨੂੰ ਭਾਈ ਸਸਤਰੀ ਕਾਲ ਹੈ ਤੂੰ ਨਿਕਲ ਜਾ ਉਹ ਸਭ ਤੋਂ ਪਹਿਲਾਂ ਐਦਾਂ ਦੇ ਜਦੋਂ ਇੰਡੀ ਇਹ ਬੰਦਾ ਜਿਹੜਾ ਹੈ ਇਹ ਪੂਰੀ ਜਿਹੜੀ ਟਰਮ ਹੈ ਉਹਨੂੰ ਵੀ ਇਦਾਂ ਹੀ ਕਰੇਗਾ ਹੁਣ ਤੁਸੀਂ ਇਹ حساب ਲਾ ਲਓ ਕਿ ਜਿਹੜੀ 75 ਮਿਲੀਅਨ ਜਿਹੜਾ ਆ ਵੋਟ ਬੈਂਕ ਹੈ ਥੋੜਾ ਨਹੀਂ ਹੁੰਦਾ ਹੈਗਾ ਜੇ ਹਜੇ ਵੀ ਗੱਲ ਕਰੀਏ ਤਾਂ ਜਿਹੜਾ 48% ਵੋਟ ਹੈ ਉਹ ਜਿਹੜਾ ਹੈ ਟਰੰਪ ਹੁਣਾਂ ਦੇ ਕੋਲ ਹੈ ਤੇ ਜੇ ਅਸੀਂ 48% ਦੀ ਗੱਲ ਕਰੀਏ ਤੇ ਉਹ ਥੋੜਾ ਨਹੀਂ ਹੁੰਦਾ ਹੈਗਾ ਸੋ ਮੁਲਕ ਦੇ ਵਿੱਚ ਉਹ ਵੀ ਅਜੇ ਹੁਣ ਮੁਲਕ ਜਿਹੜਾ ਪੂਰੀ ਦੁਨੀਆ ਲਈ ਇੱਕ ਜਿਹੜਾ ਤਰੀਕੇ ਨਾਲ ਕਹਿ ਲੋ ਕਿ ਮਿਸਾਲ ਹੁੰਦਾ ਹੈ ਝੰਡਾ ਬਰਦਾਰ ਹੁੰਦਾ ਡੈਮੋਕ੍ਰੇਸੀ ਦਾ ਜੇ ਉਹਦੇ ਵਿੱਚ ਦੰਦਿਆਂ ਗੱਲਾਂ ਹੋਣ ਲੱਪੈਣ ਤੇ ਉਹ ਇਦਾਂ ਲੱਗਦਾ ਹੈ ਕਿ ਦੁਨੀਆ ਪਤਾ ਨਹੀਂ ਕਿਹੜੇ ਖਤਰੇ ਵੱਲ ਵੱਧ ਰਹੀ ਹੈ ਔਰ ਕੈਪੀਟਲ ਹਿੱਲ ਦੇ ਵਿੱਚ ਜਾ ਕੇ ਇੰਨੇ ਬੇ ਮਤਲਬ ਬੇਝਿਜਕ ਹੋ ਕੇ ਬਿਨਾ ਕਿਸੇ ਡਰ ਤੋਂ ਜਾ ਕੇ ਤੁਸੀਂ ਦੇਖਿਆ ਹੁਣ ਲੱਤਾਂ ਤੇ ਲੱਤਾਂ ਰੱਖ ਕੇ ਉਹ ਕੁਰਸੀਆਂ ਤੇ ਕਿਵੇਂ ਬੈਠ ਰਹੇ ਇਦਾਂ ਲੱਗ ਰਹੇ ਨੇ ਪਤਾ ਨਹੀਂ ਕਿਹੜੀ ਦੁਨੀਆ ਤੋਂ ਉੱਠ ਕੇ ਆਏ ਹੋਏ ਨੇ ਔਰ 트াম্প ਸਾਹਿਬ ਦਾ ਉਹਨਾਂ ਨੂੰ ਲਿਖਣਾ ਕਿ ਤੁਸੀਂ ਹੁਣ ਚਲੇ ਜਾਓ ਮੈਂ ਤੁਹਾਨੂੰ ਉਹਨਾਂ ਨੇ ਲਿਖਿਆ ਕਿ ਆਈ ਲਵ ਯੂ ਆਲ ਤੁਸੀਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਹ ਬੰਦੇ ਦੀ ਕੀ ਸਾਇਕੀ ਹੈ ਔਰ ਉਹ ਕੀ ਚਾਹੁੰਦਾ ਹੈ ਔਰ ਅੱਗੇ ਕੀ ਹੋ ਸਕਦਾ ਹੈ ਜੀ ਜੋਤਿੰਦਰ ਲੋਕਤੰਤਰ ਦੀ ਗੱਲ ਤੋਂ ਤਾਂ ਮੈਨੂੰ ਇਸ ਤਰੀਕੇ ਦੇ ਨਾਲ ਲੱਗ ਰਿਹਾ ਹੈ ਕਿ ਇਸ ਵਕਤ ਜਿਹੜੇ ਕੁਝ ਹਾਕਮ ਨੇ ਦੇਸ਼ਾਂ ਦੇ ਕੁਝ ਦੇਸ਼ਾਂ ਦੇ ਚਾਹੇ ਆਪਾਂ ਭਾਰਤ ਦੇਸ਼ ਦੀ ਗੱਲ ਕਰ ਲਈਏ ਤੇ ਚਾਹੇ ਹੁਣ ਅਮਰੀਕਾ ਦੀ ਗੱਲ ਕਰ ਲਈਏ ਇਹ ਲੋਕਤੰਤਰ ਦਾ ਘਾਣ ਕਰਕੇ ਤਾਨਾਸ਼ਾਹੀ ਰਾਜ ਜਿਹੜਾ ਸਥਾਪਿਤ ਕਰ ਦੇਣਾ ਚਾਹੁੰਦਾ ਹੈ ਕਿਤੇ ਨਾ ਕਿਤੇ ਇਨਡਾਇਰੈਕਟਲੀ ਨਾਰਥ ਕੋਰੀਆ ਬਣਾ ਦੇਣਾ ਚਾਹੁੰਦੇ ਨੇ ਇਹਨਾਂ ਨੂੰ ਕਿ ਜੋ ਹਾਕਮ ਕਵੇ ਉਹੀ ਹੋਵੇ ਪਰ ਖੁੱਲੇ ਤਰੀਕੇ ਦੇ ਨਾਲ ਨਹੀਂ ਕਰ ਰਹੇ ਹਨਾ ਰੋਕ ਰੋਕ ਕੇ ਕਰ ਰਹੇ ਨੇ ਮੀਡੀਆ ਦੀ ਆਜ਼ਾਦੀ ਵੀ ਹੈ ਔਰ ਹਿੰਸਕ ਘਟਨਾਵਾਂ ਦੇ ਉੱਤੇ ਜਦੋਂ ਸਾਡੇ ਨਰਿੰਦਰ ਮੋਦੀ ਅਮਰੀਕਾ ਦੇ ਬਿਆਨ ਦਿੰਦੇ ਨੇ ਉਦੋਂ ਵੀ ਕਿੰਨੀ ਹਾਸੂਹੀਣੀ ਗੱਲ ਲੱਗਦੀ ਹੈ ਕਿ ਆਪਣੇ ਦੇਸ਼ 'ਚ ਦੇਖੋ ਕੀ ਕੁਝ ਹੋ ਰਿਹਾ ਹੈ ਤੇ ਔਰ ਦੂਸਰਿਆਂ ਨੂੰ ਕਿਸ ਤਰੀਕੇ ਦੇ ਨਾਲ ਲਲਕਾਰ ਰਹੇ ਨੇ ਖੁਦ ਕਹਿੰਦੇ ਨੇ ਕਿ ਕੈਨੇਡਾ ਨੂੰ ਸਾਡੇ ਦੇਸ਼ ਦੇ ਮਾਮਲਿਆਂ ਚ ਅੰਦਰੂਨੀ ਮਾਮਲਿਆਂ ਚ ਬੋਲਣ ਦਾ ਹੱਕ ਨਹੀਂ ਆਪ ਅਮਰੀਕਾ ਦੇ ਮਾਮਲੇ ਚ ਬੋਲ ਰਹੇ ਨੇ 트럼ਪ ਦੀ ਸੱਤਾ ਦੇ ਦੌਰਾਨ ਮਤਲਬ ਕਿ ਇਹ ਦੂਜੀ ਤੀਜੀ ਵਾਰ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਹਿੰਸਾ ਭੜਕਦੀ ਹੈ ਔਰ ਉਸ ਤੋਂ ਬਾਅਦ ਹਿੰਸਾ ਨੂੰ ਖਤਮ ਕਰਨ ਦੇ ਲਈ ਵੀ 트럼ਪ ਦੇ ਖੁੱਲ ਕੇ ਬਿਆਨ ਸਾਹਮਣੇ ਨਹੀਂ ਆਉਂਦੇ ਔਰ ਡੋਨਾਲਡ 트럼ਪ ਨੇ ਜੇ ਹੁਣ ਇਸ ਵਾਰੀ ਵਾਇਲੈਂਸ ਕੀਤੀ ਹੈ ਤਾਂ ਹੀ ਉਹਨਾਂ ਦੇ ਅਕਾਊਂਟ ਬੰਦ ਹੋ ਰਹੇ ਨੇ ਤੁਸੀਂ ਕਿਹਾ ਕਿ ਟਵਿੱਟਰ ਨੇ ਉਹਨਾਂ ਦਾ ਜਿਹੜਾ ਅਕਾਊਂਟ ਹੈ ਉਹ ਸਸਪੈਂਡ ਕਰ ਦਿੱਤਾ ਹੈ ਉਹ ਆਪਣੀ ਇੱਕ ਪਰਸਨਲ ਚਾਹੁੰਦੇ ਨੇ ਕੁਝ ਟਾਈਮ ਦੇ ਲਈ ਹਿੰਸਾ ਪਟਕ ਸਕਦੀ ਹੈ ਜੋ ਆਪਣੀ ਐਪਲੀਕੇਸ਼ਨ ਬਣਾ ਵੀ ਲੈਂਦੇ ਨੇ ਉਸ ਤੇ ਆਪਣੀਆਂ ਮਨਚਾਹਤ ਗੱਲਾਂ ਨੂੰ ਅਪਲੋਡ ਕਰ ਵੀ ਸਕਦੇ ਨੇ ਪਰ ਆਮ ਜਨਤਾ ਦੀ ਜਿਹੜੀ ਆਵਾਜ਼ ਹੈ ਉਸ ਨੂੰ ਤਾਂ ਨੀਂਨ ਦਬਾਇਆ ਜਾ ਸਕਦਾ ਔਰ ਜਿਹੜੇ ਉੱਥੋਂ ਦੇ ਮੌਜੂਦਾ ਹੁਣ ਰਾਸ਼ਟਰਪਤੀ ਜੋ ਬਾਈਡਨ ਆਪਣੇ ਸੱਤਾ ਸੰਭਾਲਣਗੇ ਜਨਵਰੀ ਦੇ ਵਿੱਚ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵਕਤ ਦੇਸ਼ ਨੂੰ ਸੰਭਾਲਣ ਦੀ ਜ਼ਰੂਰਤ ਹੈ ਔਰ ਉਮੀਦ ਹੈ ਕਿ ਉਹ ਸਹੀ ਤਰੀਕੇ ਦੇ ਨਾਲ ਸਾਰਾ ਕੁਝ ਸੰਭਾਲ ਲੈਣਗੇ ਵਾਕਈ ਉਮੀਦ ਤਾਂ ਚਲੋ ਇਹੀ ਹੈ ਕਿ ਸੱਤਾ ਜੜੀ ਆ ਉਹ ਸੰਭਲ ਜਾਏ ਕਿ ਜੇ ਨਹੀਂ ਸਮਝੇਗੀ ਤਾਂ ਪੈਂਟਾਗਨ ਚੜੀ ਕੇ ਉੱਥੇ ਦੀ ਆਰਮੀ ਏਜੰਸੀਜ਼ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਇਨਵੋਲਵਮੈਂਟ ਦਿਖਾਵਾਂਗੇ ਦੂਸਰੀ ਗੱਲ ਕਿ ਜਿਹੜੇ 트럼ਪਸ ਆਪ ਨੇ ਉਹ ਐ ਲੱਗਦੇ ਨੇ ਕਿ ਉਹ ਡਿਕਟੇਟਰਸ਼ਿਪ ਵੱਲ ਵਧਦੇ ਰਹੇ ਔਰ ਗਿਮਜੋਮ ਜਿਹੜਾ ਹੈ ਉਹਨਾਂ ਦਾ ਫੇਵਰਿਟ ਤੁਸੀਂ ਦੱਸਿਆ ਕਿ ਨਾਰਥ ਕੋਰੀਆ ਵਾਲਾ ਜਿਹੜਾ ਬੰਦਾ ਹੈ ਉਹ ਉਹਨਾਂ ਦਾ ਫੇਵਰਿਟ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੂੰ ਸਾਰੇ ਉਦਾਂ ਦੀ ਸਾਈਕੀ ਵਾਲੇ ਪਸੰਦ ਨੇ ਐਦਾਂ ਹੁੰਦਾ ਨਾ ਕਿ ਕਈ ਵਾਰੀ ਜੇ ਅਸੀਂ ਚੰਗੇ ਆ ਤਾਂ ਸਾਨੂੰ ਚੰਗੇ ਚੰਗੇ ਲੋਕ ਪਸੰਦ ਆਉਂਦੇ ਨੇ ਜੇ ਅਸੀਂ ਮਾੜੇ ਆ ਨਾ ਤਾਂ ਫਿਰ ਸਾਨੂੰ ਮਾੜੇ ਲੋਕ ਹੀ ਪਸੰਦ ਆਉਂਦੇ ਨੇ ਕਿਉਂਕਿ ਜਿੱਦਾਂ ਦੇ ਤੁਸੀਂ ਹੁੰਨੇ ਨਾ ਤੁਹਾਡੇ ਦੋਸਤ ਮਿੱਤਰ ਸਾਰੇ ਉਦਾਂ ਦੇ ਹੁੰਦੇ ਆ ਹੁਣ ਇਹ ਨਾ ਕਹੋ ਕਿ ਟਰੰਪ ਸਾਹਿਬ ਤੇ ਜਿਹੜੇ ਮੋਦੀ ਦੇ ਦੋਸਤ ਨੇ ਉਹ ਵੀ ਐਦਾਂ ਦੇ ਨੇ ਹੋ ਵੀ ਸਕਦਾ ਹੈ ਪਰ ਦੇਖੋ ਇਹਨਾਂ ਨੂੰ ਤੁਰਕੀ ਦਾ ਜਿਹੜਾ ਸ਼ਾਸਕ ਹੈ ਉਹ ਬਹੁਤ ਪਸੰਦ ਹੈ ਇਹਨਾਂ ਨੂੰ ਸਦਾਮ ਹੁਸੈਨ ਜਿਹੜਾ ਪਰਸਨਲੀ ਬਹੁਤ ਪਸੰਦ ਹੈ ਸਿਗਾ ਔਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਇਹਦੀ ਨਾਰਥ ਕੋਰੀਆ ਦੀ ਉਹ ਤੇ ਉਹਨਾਂ ਨੂੰ ਪਸੰਦ ਹੈ ਹੀ ਹੈ ਔਰ ਜੇ ਅਸੀਂ ਸਾਊਦੀ ਅਰੇਬੀਆ ਦੀ ਗੱਲ ਕਰੀਏ ਤੇ ਸਲਮਾਨ ਬਿਨ ਜਿਹੜਾ ਹੈ ਉਹ ਵੀ ਇਹਨਾਂ ਦਾ ਫੇਵਰਟ ਰਿਹਾ ਹੈ ਸੋ ਇਹਨਾਂ ਨੇ ਜਿਹੜੇ ਇਹਨਾਂ ਦੇ ਦੋ ਬੇਟੇ ਨੇ ਉਹਨਾਂ ਦੇ ਨਾਮ ਵੀ ਕੁਝ ਜਿਹੜੇ ਨੇ ਉਹ ਸਦਾਮ ਹੁਸੈਨ ਦੇ ਤੋਂ ਪ੍ਰਭਾਵਿਤ ਹੋ ਕੇ ਰੱਖੇ ਨੇ ਹੁਣ ਇਹ ਤੇ ਗੱਲ ਚਲੋ ਇਹ ਸੀਗੀ ਕਿ ਇਹ ਕਿਉਂਕਿ ਸ਼ਾਸਕ ਇਦਾਂ ਦਾ ਹੀ ਹੈ ਇਹ ਅੱਗੇ ਵੀ ਬਹੁਤ ਖਤਰਨਾਕ ਹੋ ਸਕਦਾ ਹੈ ਤੁਸੀਂ ਦੇਖੋ ਕਿ ਜਦੋਂ ਇਹ ਬੰਦਾ ਮੰਨਣ ਲਈ ਤਿਆਰ ਨਹੀਂ ਕਿ ਮੈਂ ਜਿਹੜਾ ਹਾਰ ਗਿਆ ਹਾਂ ਤਾਂ ਤੁਸੀਂ ਉਸ ਚੀਜ਼ ਨੂੰ ਕਿਵੇਂ ਕਰ ਸਕਦੇ ਹੋ ਪਰ ਇੱਥੇ ਇੱਕ ਰਿਕਨੋ ਮੇਰੇ ਖਿਆਲ ਨਾਲ ਕਿ ਨਵੇਂ ਰਿਫਾਰਮਸ ਜਿਹੜੇ ਨੇ ਅਮਰੀਕਨ ਡੈਮੋਕ੍ਰੇਸੀ ਦੇ ਵਿੱਚ ਜਾਂ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਹੁਣੇ ਬਹੁਤ ਜ਼ਰੂਰੀ ਨੇ ਕਿ ਬਹੁਤ ਸਮਾ ਸਮਾ ਪੈ ਗਿਆ ਕਿ ਜਦੋਂ ਬਾਈਡਨ ਜਿਹੜੇ ਜਿੱਤਦੇ ਨੇ ਉਸ ਤੋਂ ਬਾਅਦ 20 ਜਨਵਰੀ ਜਿਹੜਾ ਹੈ ਬਹੁਤ ਵਿਚਲਾਵ ਸਮਾਂ ਜਿਹੜਾ ਬਹੁਤ ਆ ਇਸ ਵਿਚਲੇ ਸਮੇਂ ਦੇ ਵਿੱਚ ਜਿਹੜੀਆਂ ਨੇ ਬਹੁਤ ਸਾਰੀਆਂ ਘਟਨਾਵਾਂ ਹੋ ਗਈਆਂ ਔਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਮਰੀਕਨ ਡੈਮੋਕ੍ਰੇਸੀਆਂ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਇੱਕ ਬੋਡਾ ਰਿਫਾਰਮ ਜਿਹੜਾ ਹੈ ਇਸ ਤੋਂ ਬਾਅਦ ਆਊਗਾ ਕਿ ਜਦੋਂ ਕੋਈ ਇਲੈਕਟ ਹੋਗਾ ਮੇਰੇ ਖਿਆਲ ਨਾਲ ਉਹਨੂੰ ਥੋੜੇ ਦਿਨਾਂ ਬਾਅਦ ਦੀ ਜਿਹੜੀ ਹੈ ਉਹ ਇੱਕ ਤਾਂ ਮੇਰੇ ਖਿਆਲ ਨਾਲ ਇੱਕ ਚੰਗਾ ਜਿਹੜਾ ਇੱਕ ਥੋੜੇ ਦਿਨਾਂ ਬਾਅਦ ਹੀ ਜਿਹੜੀ ਹੈ ਸੌ ਚੱਕ ਜਿਹੜੀ ਹੈ ਉਹ ਦਿੱਤੀ ਜਾਵੇ ਤਾਂ ਜੋ ਜਿਹੜਾ ਇੱਕ ਇਦਾਂ ਦਾ ਟਰਾਂਜੀਸ਼ਨ ਪੀਰੀਅਡ ਜਿਹੜਾ ਬਹੁਤ ਲੰਮਾ ਹੈ ਉਹ ਨਾ ਰਵੇ ਕਿਉਂਕਿ ਹੁਣ ਇੰਨਾ ਟਰਾਂਜੀਸ਼ਨ ਪੀਰੀਅਡ ਲੰਮਾ ਸੀਗਾ ਜਿਹਦੇ ਵਿੱਚ ਬਹੁਤ ਹੀ ਕੁਝ ਹੋ ਗਿਆ ਜਾਰਜੀਆ ਵਾਲਾ ਕਾਂਟ ਹੋ ਗਿਆ ਅਸੀਂ ਦੇਖਿਆ ਕਿ ਬਲੈਕ ਲਾਈਫਸ ਮੈਟਰ ਵਰਗੇ ਜਿਹੜੇ ਅੰਦੋਲਨ ਹੈ ਉਹ ਸ਼ੁਰੂ ਹੋ ਗਏ ਇਸ ਤੋਂ ਇਲਾਵਾ ਹੁਣ ਜਿਹੜਾ ਕੈਪੀਟਲ ਹਿਲ ਦੇ ਉੱਤੇ ਹਮਲਾ ਹੋਣਾ ਇਹ ਤਾਂ ਇਦਾਂ ਆ ਕਿ ਤੁਸੀਂ ਮਤਲਬ ਬਰਦਾਸ਼ਤ ਹੀ ਨਹੀਂ ਕਰ ਸਕਦੇ ਕਿ ਇੰਦਾਂ ਦੀ ਡੈਮੋਕ੍ਰੇਸੀ ਦੇ ਵਿੱਚ ਐਡੀ ਵੱਡੀ ਗੱਲ ਜਿਹੜੀ ਹੈ ਉਹ ਕਿ ਟ੍ਰਾਂਜੀਸ਼ਨ ਪੀਰੀਅਡ ਜਿਹੜਾ ਹੈ ਇਹਨੂੰ ਘਟਾਉਣ ਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਹਾਲਾਂਕਿ ਟ੍ਰਾਂਜੀਸ਼ਨ ਪੀਰੀਅਡ ਇਸ ਲਈ ਹੁੰਦਾ ਆ ਕਿ ਇੱਕ ਤਰੀਕੇ ਨਾਲ ਸਮੂਥ ਟ੍ਰਾਂਜੀਸ਼ਨ ਹੁੰਦਾ ਹੈ ਕਿਉਂਕਿ ਇਹ ਸਾਡੇ ਵਰਗੇ ਮੁਲਕ ਦੇ ਵਿੱਚ ਤਾਂ ਜਿਹੜਾ ਐਨੇ ਤਾਮਜਾਮ ਨਹੀਂ ਹੁੰਦੇ ਕਿਉਂਕਿ ਮੰਤਰਾਲੇ ਦੇ ਥੱਲੇ ਬਹੁਤ ਮੰਤਰਾਲੇ ਹੁੰਦੇ ਨੇ ਇਹ ਇੱਕ ਤਰੀਕੇ ਦੀ ਹੋਰ ਤਰੀਕੇ ਦੀ ਡੈਮੋਕ੍ਰੇਸੀ ਆ ਜਿੱਥੇ ਬਹੁਤ ਕੁਝ ਜਿਹੜਾ ਹੈ ਉਹ ਟ੍ਰਾਂਜੀਸ਼ਨ ਹੋਣਾ ਹੁੰਦਾ ਆ ਇੱਕ ਸਮੂਥ ਟ੍ਰਾਂਜੀਸ਼ਨ ਦੇ ਲਈ ਇਹ ਇਨਾ ਲੰਮਾ ਚੌੜਾ ਟਾਈਮ ਜਿਹੜਾ ਵਿੱਚ ਪਾਇਆ ਜਾਂਦਾ ਪਰ ਮੈਨੂੰ ਲੱਗਦਾ ਕਿ ਅੱਗੋਂ ਤੋਂ ਸ਼ਾਇਦ ਕਿਉਂਕਿ ਰਿਫਾਰਮ ਜਿਹੜੇ ਨੇ ਉਹਨਾਂ ਦਾ ਸਕੋਪ ਹਮੇ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਆਉਣ ਦੀ ਇੱਕ ਬਹੁਤ ਵੱਡੀ ਆਸ ਹੈ ਜੀ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਕੁਝ ਨਵੀਂ ਆਸ ਹੋਏਗੀ ਔਰ ਅਮਰੀਕਾ ਦੇ ਵਿੱਚ ਜਿਹੜਾ ਮਾਹੌਲ ਹੈ ਜਲਦ ਤੋਂ ਜਲਦ ਠੀਕ ਹੋਏਗਾ ਦੇਖੋ ਮਾਹੌਲ ਤਾਂ ਜਤਿੰਦਰ ਸਾਡਾ ਅਗਲੀ ਖਬਰ ਦਾ ਵੀ ਬਹੁਤ ਤੁਹਾਨੂੰ ਪਤਾ ਹੀ ਹੈ ਕਾਫੀ ਦਿਨਾਂ ਤੋਂ ਬਣਿਆ ਹੋਇਆ ਹੈ ਮੈਂ ਗੱਲ ਕਰ ਰਹੀਆਂ ਕਿਸਾਨ ਅੰਦੋਲਨ ਦੇ ਮਾਹੌਲ ਦੀ ਅੱਜ ਵੀ ਜਲੰਧਰ ਦੇ ਵਿੱਚ ਪੰਜਾਬ ਦੇ ਵਿੱਚ ਜਲੰਧਰ ਵਿਖੇ ਟਰੈਕਟਰ ਮਾਰਚ ਰੈਲੀ ਕੀਤੀ ਗਈ ਹੈ ਔਰ ਸ਼ਾਮ ਨੂੰ ਵੀ ਰੈਲੀਆਂ ਹੋਣੀਆਂ ਨੇ ਔਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਟਰੈਕਟਰ ਰੈਲੀਆਂ ਹੋ ਰਹੀਆਂ ਨੇ ਤੇ ਪਰਸੋ 14 ਤੋਂ ਲੈ ਕੇ ਹੁਣ ਤੱਕ ਲੋਕ ਜਿਹੜੇ ਨੇ ਆਉਣ ਵਾਲੇ ਦਿਨਾਂ ਜਿਹੜੀ ਪ੍ਰੇਡ ਹੋਣੀ ਹੈ ਉਸ ਦੀ ਰਿਹਰਸਲ ਕਰਨ ਦੇ ਵਿੱਚ ਲਗਾਤਾਰ ਲੱਗੇ ਹੋਏ ਨੇ ਠੰਡ ਵੱਧ ਰਹੀ ਹੈ ਜੋਸ਼ ਦਿਨੋ ਦਿਨ ਵਧ ਰਿਹਾ ਹੈ ਪਰ ਦੁੱਖ ਉਦੋਂ ਲੱਗਦਾ ਹੈ ਜਦੋਂ ਸਾਡੇ ਕਿਸਾਨ ਜਿਹੜੇ ਨੇ ਸ਼ਹੀਦ ਹੁੰਦੇ ਨੇ ਉਦੋਂ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਤੇ ਫਿਰ ਉਦੋਂ ਇਦਾਂ ਲੱਗਦਾ ਹੈ ਕਿ ਹੁਣ ਤਾਂ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਕੇ ਬਹਿ ਜਾਣਾ ਚਾਹੀਦਾ ਹੈ ਨਰਿੰਦਰ ਮੋਦੀ ਸਾਹਿਬ ਜਿਹੜੇ ਸਾਡੇ ਕੇ ਪ੍ਰਾਈਮ ਮਿਨਿਸਟਰ ਨੇ ਮਾਨਯੋਗ ਪ੍ਰਾਈਮ ਮਿਨਿਸਟਰ ਨੇ ਉਹ ਇਸ ਜਿਹੜਾ ਕੈਪੀਟਲ ਹਿਲ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਉਹਦੇ ਉੱਤੇ ਟਵੀਟ ਕਰਦੇ ਨੇ ਮੈਂ ਮੈਂ ਤੁਹਾਡੀ ਗੱਲ ਨੂੰ ਰੋਕ ਰਹੀ ਆ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਮਾੜੀ ਹੋ ਕਹਿਣਾ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਮਾੜੀ ਉਹ ਕਿੰਨਾ ਕੁ ਮਾੜੀ ਹੋ ਸੀ ਸੋ ਵਾਕਈ ਉਹ ਮਾੜੀ ਹੋਕਤ ਹੈ ਹੀ ਤੇ ਉਹਨਾਂ ਦਾ ਟ੍ਰੀਟਮੈਂਟ ਮੈਨੂੰ ਲੱਗਦਾ ਕਿ ਜੇ ਮੈਂ ਆਉਂਦਾ ਹਾਂ ਪੜਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤੇ ਫਿਰ ਜਿਹੜੀ ਗੱਲ ਬਣਾਂਗੇ ਉਹ ਲਿਖਦੇ ਨੇ ਆਪਣੇ ਟਵੀਟ ਦੇ ਵਿੱਚ ਡਿਸਟ੍ਰੈਸ ਟੂ ਸੀ ਨਿਊਜ਼ ਅਬਾਊਟ ਰਾਈਟਿੰਗ ਐਂਡ ਵਾਇਲੈਂਸ ਇਨ ਵਾਸ਼ਿੰਗਟਨ ਡੀਸੀ orderly and peaceful transfer of power must continue the democracy process cannot be allowed to subprevented sub through unlawful protest acha unna da kehna da matlab hai ki main distressed ha main utthe dekh ke jehda ya mainu bada dukh lagya tuhanu oda dukh nahi lagda jehda tuhan di bruh de utte baithe ne tuhanu oda dukh lagda jehde america ja ke baithe ne ਤੁਹਾਨੂੰ ਉਹਦਾ ਦੁੱਖ ਨਹੀਂ ਲੱਗਦਾ ਜਿਹੜੇ ਰਾਤ ਨੂੰ ਇੰਨੀ ਭਾਰ ਸਿਆਲ ਦੇ ਵਿੱਚ ਆਪਣੇ ਬੱਚੇ ਲੈ ਕੇ ਆਪਣੀਆਂ ਮਾਵਾਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਨੂੰ ਕਿਵੇਂ ਆਪਣੀ ਹਿੱਕ ਤੇ ਸੁਵਾਉਂਦੀਆਂ ਨੇ ਕਿ ਉਹਨਾਂ ਨੂੰ ਠੰਡ ਨਾ ਲੱਗੇ ਤੁਹਾਨੂੰ ਉਹਨੂੰ ਡਿਸਟ्रेस ਨਹੀਂ ਹੁੰਦਾ ਤੁਹਾਨੂੰ 70 ਤੋਂ ਵੱਧ ਜਿਹੜੇ ਆਪਣੀ ਜਾਨ ਮਾਰ ਗਏ ਨੇ ਤੁਹਾਨੂੰ ਉਹਨਾਂ ਨੂੰ ਲੈ ਕੇ ਡਿਸਟ्रेस ਨਹੀਂ ਹੁੰਦਾ ਤੁਹਾਨੂੰ ਡਿਸਟ्रेस ਹੁੰਦਾ ਆ ਉਹ ਮੁਲਕ ਜਿਹੜਾ ਕਿ ਇੱਕ ਡਿਵੈਲਪਡ ਮੌਲਕਾ ਉਹਦੇ ਉੱਤੇ ਕੁਝ ਲੋਕ ਹਮਲਾ ਕਰਦੇ ਚਲੋ ਮੰਦ ਭਾਗੇ ਘਟਨਾयां ਪਰ ਤੁਸੀਂ ਜਿਹੜਾ ਹੈ ਡਿਸਟ्रेस ਉਦੋਂ ਨਹੀਂ ਹੁੰਦੇ ਜਦੋਂ ਤੁਹਾਡੇ ਹੀ ਲੋਕ ਤੁਸੀਂ ਉਹਨਾਂ ਦੇ ਨਾਲ ਐਦਾਂ ਦਾ ਬਿਹੇਵ ਕਰਦੇ ਹੋ ਕਿ ਉਹ ਸੀਰੀਆ ਤੋਂ ਆਏ ਹੋਏ ਨੇ ਤੁਸੀਂ ਉਦੋਂ ਡਿਸਟ্রেਸਡ ਨਹੀਂ ਹੁੰਦੇ ਜਦੋਂ ਅੱਤਵਾਦੀ ਕਹਿ ਦਿੱਤਾ ਜਾਂਦਾ ਹੈ ਜਦੋਂ ਉਹਨਾਂ ਨੂੰ ਫੰਡਿੰਗ ਦੀ ਗੱਲ ਕਹੀ ਜਾਂਦੀ ਹੈ ਜਦੋਂ ਬਜ਼ੁਰਗ ਐਦਾਂ ਉੱਥੇ ਕੱਲ ਇੱਕ ਫੋਟੋ ਆਈ ਸੀ ਰੂ ਕੰਬਾ ਦੇਣ ਵਾਲੀ ਫੋਟੋ ਸੀ ਮੈਕਸਿਮਮ ਲੋਕਾਂ ਨੇ ਉਹ ਫੋਟੋ ਦੇਖੀ ਹੈ ਬਜ਼ੁਰਗ ਉੱਥੇ ਬੈਠੇ ਬੈਠੇ ਡਿੱਗ ਗਏ ਔਰ ਮਤਲਬ ਕਿ ਉਹਨਾਂ ਦੀ ਪੱਗ ਵੀ ਉੱਤਰ ਗਈ ਜਦੋਂ ਆਪਣੀ ਜਾਨ ਗਵਾਈ ਉਹਨਾਂ ਦੇ ਹੱਥ ਵੀ ਇਦਾਂ ਆਡੇ ਰਹਿ ਗਏ ਤੁਹਾਨੂੰ ਉਦੋਂ ਦੁੱਖ ਨਹੀਂ ਲੱਗਦਾ ਜਦੋਂ ਇੱਕ ਬਜ਼ੁਰਗ ਬਾਪ ਜਿਹੜਾ ਹੈ ਆਪਣੇ ਪੁੱਤ ਦੇ ਸੰਸਕਾਰ ਤੋਂ ਕੁਝ ਦਿਨਾਂ ਬਾਅਦ ਦੁਬਾਰਾ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਇੱਕ ਛੋਟਾ ਜਿਹਾ ਬੱਚਾ ਜਾਂਦਾ ਹੋਇਆ ਉਸਨੂੰ ਹਾਰਟ ਅਟੈਕ ਆ ਜਾਂਦਾ ਹੈ ਕਿੰਨਾ ਔਖਾ ਹੈ ਉੱਥੇ ਇਸ਼ਨਾਨ ਕਰਨਾ ਉੱਥੇ ਪ੍ਰਸ਼ਾਦਾ ਪਾਣੀ ਪਕਾਉਣਾ ਸਾਰਾ ਦਿਨ ਗਿੱਲੇ ਗੱਦਿਆਂ ਦੇ ਉੱਤੇ ਸੌਣਾ ਔਰ ਟਰਾਲੀਆਂ ਦੇ ਥੱਲੇ ਬਹਿਣਾ ਤੇ ਮੁੜ ਕੇ ਬਾਅਦ ਦੇ ਵਿੱਚ ਇਹ ਸੁਣਨਾ ਕਿ ਇਹ ਤਾਂ ਅੱਤਵਾਦੀ ਹੈ ਸੋ ਕਿਤੇ ਨਾ ਕਿਤੇ ਗੱਲ ਉਹੀ ਹੈ ਦੇਖੋ ਕੱਲ ਮੈਂ ਗੱਲ ਇਸ ਲਈ ਕਿਹਾ ਕਿਉਂਕਿ ਟਵਿੱਟਰ ਜਿਹੜਾ ਹੈ ਇਹ ਉਹਨਾਂ ਦਾ ਤਾਂ ਬੈਨ ਕਰ ਦਿੱਤਾ ਗਿਆ ਇਹ ਟਵਿੱਟਰ ਤਾਂ ਹਲੇ ਚੱਲਦਾ ਆ ਔਰ ਇੱਕ ਵੀ ਟਵੀਟ ਜਿਹੜਾ ਹੈ ਉਹਨਾਂ ਲੋਕਾਂ ਦੇ ਹੱਕ ਵਿੱਚ ਜਾਂ ਫਿਰ ਉਹਨਾਂ ਯੋਧਿਆਂ ਦੇ ਹੱਕ ਦੇ ਵਿੱਚ ਵੀ ਨਹੀਂ ਆਉਂਦਾ ਜਿਹੜੇ ਆਪਣੀ ਜਾਨ ਵਾਰ ਗਏ ਨੇ ਸੋ ਤੁਸੀਂ ਕੀ ਤਵਕਕ ਕਰ ਸਕਦੇ ਹੋ ਐਦਾਂ ਦੇ ਲੋਕਤੰਤਰ ਦੇ ਉਤੋਂ ਔਰ ਐਦਾਂ ਦੇ ਲੋਕਤੰਤਰ ਦੇ ਆਗੂ ਤੋਂ ਇਹ ਆਗੂ ਲੋਕਤੰਤਰ ਦਾ ਆਗੂ ਨਹੀਂ ਮੈਂ ਅਕਸਰ ਇਹ ਗੱਲ ਕਹਿੰਦੀ ਹੁੰਦੀ ਆ ਕਿ ਇਹ ਟੇਡਾ ਤਾਨਾ ਸ਼ਾਹੀ ਆਗੂ ਆ ਜਿਹੜਾ ਲੋਕਾਂ ਨੂੰ ਤਾਂ ਭਲੇ ਖਾ ਦਿੰਦਾ ਟੌਫੀ ਖਾ ਲੋ ਟੌਫੀ ਖਾ ਲੋ ਮਿੱਠੀ ਟੌਫੀ ਆ ਚਾਕਲੇਟ ਵਾਲੀ ਆ ਜਦੋਂ ਟੌਫੀ ਖਾਓ ਇਦਾਂ ਝਟਕਾ ਵੱਜਦਾ ਜਿੱਦਾਂ ਖੱਟੀ ਚੀਜ਼ ਦਾ ਝਟਕਾ ਹੁੰਦਾ ਇਹ ਉਹ ਸਾਗੂ ਹੈ ਇਹ ਸਾਗੂ ਨੇ ਦੁਨੀਆ ਨੂੰ ਰਵਾ ਕੇ ਰੱਖ ਦਿੱਤਾ ਪਰ ਆਪਣੀ ਅੱਖ ਚ ਹੰਝੂ ਨਹੀਂ ਆਇਆ ਦੇਖੋ ਅਮਰੀਕਾ ਦੇ ਲਈ ਇਹਨਾਂ ਨੇ ਇਹ ਚੀਜ਼ ਕੀਤੀ ਹੈ ਉੱਥੇ ਚੀਜ਼ ਹੋ ਰਹੀ ਹੈ ਉਹ ਵੀ ਮੰਨਤ ਭੱਗੀ ਹੈ ਔਰ ਬਾਕੀ ਦੇਸ਼ਾਂ ਨੂੰ ਆਵਾਜ਼ ਚੱਕਣੀ ਪੈਂਦੀ ਹੈ ਜਦੋਂ ਕਿਸੇ ਦੂਸਰੇ ਮੁਲਕ ਦੇ ਵਿੱਚ ਕੁਝ ਗਲਤ ਹੁੰਦਾ ਹੋਵੇ ਪਰ ਕਹਿੰਦੇ ਬੰਦਾ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੇ ਜੀ ਹੈਨਾ ਤੇ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਤਾਂ ਦੇਖ ਲੈਣ ਕੀ ਕੁਝ ਹੋ ਰਿਹਾ ਹੈ ਕਹਿਣ ਨੂੰ ਹੀ ਹੈ ਜਤਿੰਦਰ ਜਦੋਂ ਅਸੀਂ ਗੱਲ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਇੰਨੇ ਮਹੀਨਿਆਂ ਤੋਂ ਆ ਦਿੱਲੀ ਵਾਲੇ ਤਾਂ ਹੁਣ ਸ਼ ਇਹਨਾਂ ਆਪਾਂ ਦਿੱਲੀ ਨੂੰ ਮਤਲਬ ਸਵਾ ਕੁ ਮਹੀਨਾ ਹੋਇਆ ਆਪਾਂ ਨੂੰ ਦਿੱਲੀ ਗਿਆ ਨੂੰ ਪੰਜਾਬ ਦੇ ਵਿੱਚ ਇਹ ਮਾਰਚ ਕਾਫੀ ਮਹੀਨਿਆਂ ਤੋਂ ਚੱਲ ਰਿਹਾ ਸੀ ਔਰ ਜਿਸ ਤਰੀਕੇ ਦੇ ਨਾਲੇ ਕਈ ਜਾ ਰਹੇ ਨੇ ਮੀਟਿੰਗਸ ਕਰੀ ਜਾ ਰਹੇ ਨੇ ਹੁਣ ਤੁਸੀਂ ਇਹ ਦੇਖ ਲਓ ਕੱਲ ਮੀਟਿੰਗ ਹੋਈ ਹੈ ਉਸ ਦਾ ਕੋਈ ਹੱਲ ਨਹੀਂ ਨਿਕਲਿਆ ਮੀਟਿੰਗ ਦੇ ਵਿੱਚ ਸਾਨੂੰ ਨਿੱਕੀਆਂ ਨਿੱਕੀਆਂ ਜਿਦਾਂ ਨਿਆਣੇ ਨੂੰ ਮਰੁੰਡਾ ਦੇ ਕੇ ਬਹਿਲਾਉਣ ਦੀ ਕੋਸ਼ਿਸ਼ ਕਰੀ ਦੀ ਅਸੀਂ ਤੁਹਾਡੇ ਨਾਲ ਲੰਗਰ ਛਕ ਲਿਆ ਅਸੀਂ ਤੁਹਾਡੀ ਲਿਆਂ ਦੀ ਚਾਹ ਪੀ ਲਈ ਅਸੀਂ ਥੱਲੇ ਬਹਿ ਕੇ ਲੰਗਰ ਛਕਿਆ ਜੀਆਂਆਂ ਨੂੰ ਛਕੋ ਲੰਗਰ ਹਨਾ ਬੈਠੋ ਸਾਡੇ ਨਾਲ ਪਰ ਉੱਪਰ ਮਾਉਣ ਵਾਲੀਆਂ ਚੀਜ਼ਾਂ ਕਰਦੇ ਨੇ ਕੱਲ ਫਿਰ ਖੇਤੀਬਾੜੀ ਮੰਤਰੀ ਕਹਿੰਦੇ ਨੇ ਕਿ ਜਿਹੜੀ ਇਹ ਚੀਜ਼ ਹੈ ਹੱਲੇ ਤੱਕ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਜਾਣਾ ਆਉਣ ਵਾਲੇ ਦਿਨਾਂ 'ਚ ਅਸੀਂ ਸੋਚਾਂਗੇ ਕੁਝ ਕਰਨਾ ਕਿ ਨਹੀਂ ਕਰਨਾ ਇਹ ਦਿਨੋਂ ਦਿਨ ਬਸ ਲਾਰੇ ਲਾਰੇ ਨੇ ਮੀਟਿੰਗਜ਼ ਹੋ ਰਹੀਆਂ ਨੇ ਔਰ ਮੈਂ ਇਹ ਗੱਲ ਪਹਿਲਾਂ ਵੀ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ ਜਦੋਂ ਵੀ ਅੰਦੋਲਨ ਹੋਇਆ ਹੈ ਹਮੇਸ਼ਾ ਹੀ ਅੰਦੋਲਨ ਬਹੁਤ ਲੰਬੇ ਚੱਲੇ ਨੇ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਗਿੱਜੀਆਂ ਹੋਈਆਂ ਹੁੰਦੀਆਂ ਨੇ ਉਹ ਹੈਬਿਚੁਅਲ ਹੁੰਦੀਆਂ ਨੇ ਕਿ ਅੰਦੋਲਨ ਹੋਣਗੇ ਰੌਲਾ ਪਏਗਾ ਇਹ ਸਭ ਚੀਜ਼ਾਂ ਹੋਣਗੀਆਂ ਪਰ ਇੱਥੇ ਇੱਕ ਚੀਜ਼ ਐ ਮੈਂ ਕਹਿਣਾ ਚਾਹੁੰਦੀ ਆ ਕਿ ਬੰਦੇ ਨੂੰ ਕਦੇ ਇਮੋਸ਼ਨਲ ਵੀ ਹੋ ਜਾਣਾ ਚਾਹੀਦਾ ਕਾਸ਼ ਇਹਨਾਂ ਸਰਕਾਰਾਂ ਦੇ ਵੀ ਦਿਲ ਹੁੰਦੇ ਕਾਸ਼ ਇਹਨਾਂ ਸਰਕਾਰਾਂ ਕੋਲ ਵੀ ਜਜ਼ਬਾਤ ਹੁੰਦੇ ਹਨਾ ਇਹ ਸਿਰਫ ਦਿਮਾਗ ਨਾਲ ਚੱਲਦੀਆਂ ਨੇ ਖੇਡਾਂ ਨਾਲ ਚੱਲਦੀਆਂ ਨੇ ਚਾਲਾਂ ਨਾਲ ਚੱਲਦੀਆਂ ਨੇ ਹੁਣ ਤਾਂ ਸਮਾਂ ਇਦਾਂ ਦਾ ਆ ਗਿਆ ਜੇ ਪ੍ਰਧਾਨ ਮੰਤਰੀ ਦੇ ਸੀਨੇ 'ਚ ਦਿਲ ਹੋਵੇ ਨਾ ਬੰਦਾ ਤਰਸੇ ਹੀ ਕਰ ਲੈਂਦਾ ਕਿ ਲੋਕ ਕਹਿ ਰਹੇ ਨੇ ਸਾਨੂੰ ਇਹ ਚੀਜ਼ ਨਹੀਂ ਚੰਗੀ ਉਹਨਾਂ ਨੂੰ ਉਹਨਾਂ ਦੇ ਹੱਕ ਚ ਨਹੀਂ ਲੱਗਦੀ ਇਸ ਚੀਜ਼ ਨੂੰ ਕੈਨਸਲ ਕਰ ਦਿਓ ਪਰ ਫਿਰ ਗੱਲ ਇਹ ਆ ਜਾਂਦੀ ਹੈ ਕਿ ਉਹਨਾਂ ਦੇ ਰਾਈਟ ਹੈਂਡ ਲੈਫਟ ਫਰੈਂਡਸ ਸਮਝ ਗਏ ਹੋ ਮੈਂ ਕਿਹਦੀ ਗੱਲ ਕਰ ਰਹੀ ਹਾਂ ਦਾਨੀ ਅੰਬਾਨੀ ਕਾਰਪੋਰੇਟ ਕੰਪਨੀਆਂ ਉਹਨਾਂ ਦਾ ਵਿਚਾਰਿਆਂ ਦਾ ਕੀ ਬਣੂਗਾ ਬਿਚਾਰੇ ਕਰੋੜਾ ਦੇ ਮਾਲਕ ਅਰਬਾਂ ਦੇ ਮਾਲਕ ਖਰਬਾਂ ਦੇ ਮਾਲਕ ਵਿਚਾਰੇ ਨੇ ਉਹ ਫੇਰ ਵੀ ਉਹਨਾਂ ਨੂੰ ਵਿਚਾਰੇ ਲੱਗ ਰਹੇ ਨੇ ਔਰ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਕਿੱਲੇ ਨੇ ਉੱਥੇ ਸ਼ਹੀਦ ਹੋ ਰਹੇ ਨੇ ਜਿਨ੍ਹਾਂ ਨੇ ਕਦੇ ਵਾਪਸ ਨਹੀਂ ਆਉਣਾ ਉਹ ਜਾਣਾ ਉੱਥੇ ਜਾ ਰਹੀਆਂ ਨੇ ਇਹਨਾਂ ਨੂੰ ਕੋਈ ਦੁੱਖ ਨਹੀਂ ਲੱਗ ਰਿਹਾ ਜੀ ਅੱਛਾ ਤੁਸੀਂ ਜਦੋਂ ਗੱਲ ਕਰ ਰਹੇ ਹੋ ਕਿਸਾਨੀ ਸੰਘਰਸ਼ ਦੀ ਕਿ ਮੀਟਿੰਗ ਜਿਹੜੀ ਹੈ ਉਹ ਕੱਲ ਦੀ ਮੀਟਿੰਗ ਜਿਹੜੀ ਹੈ ਉਹ ਵੀ ਬੇਸਿੱਟਾ ਰਹੀ ਇਸ ਬੇਸਿੱਟਾ ਮੀਟਿੰਗ ਤੋਂ ਬਾਅਦ ਜਦੋਂ ਨਰਿੰਦਰ ਤੂਮਰ ਜਿਹੜੇ ਸੋ ਕਾਲਡ ਸਾਡੇ ਖੇਤੀਬਾੜੀ ਮਿਨਿਸਟਰ ਨੇ ਉਹ ਬਾਹਰ ਜਾ ਕੇ ਜਦੋਂ ਮੀਡੀਆ ਦੇ ਮੁਖਾਤਿਬ ਹੁੰਦੇ ਨੇ ਤੇ ਇੰ ਤੁਸੀਂ ਇੰਨਾ ਸੀਰੀਅਸ ਚੱਲ ਰਿਹਾ ਕਿਉਂਕਿ ਇੱਕ ਵਾਰ ਅਸੀਂ ਅੱਜ ਮੈਂ ਜਦੋਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਤੇ ਉਹ ਕਹਿੰਦੇ ਕਿ ਇੱਕ ਵਾਰੀ ਪਤਾ ਨਹੀਂ ਕਿਸੇ ਸੰਘਰਸ਼ ਦੇ ਵਿੱਚ ਜਿਹੜਾ ਕੁਝ ਕੱਲ ਹੋ ਰਹੀ ਸੀ ਕਿਸੇ ਕਿਸਾਨਾਂ ਦੀ ਤੇ ਕਿਸੇ ਮਨਿਸਟਰ ਨੇ ਕਿਸੇ ਕਾਂਗਰਸ ਮਨਿਸਟਰ ਨੇ ਜਿਹੜਾ ਸੀਗਾ ਕੋਈ ਹੱਸ ਕੇ ਜਵਾਬ ਦੇ ਦਿੱਤਾ ਤੇ ਇਹਨਾਂ ਦੇ ਜਿਹੜੇ ਇੱਕ ਸਮਾਂ ਅਫੇਅਰ ਮਨਿਸਟਰ ਰਹਿ ਚੁੱਕੇ ਸੀ ਜਿਹੜੇ ਹੁਣ ਫੌਟ ਹੋ ਚੁੱਕੇ ਨੇ ਸੁਸ਼ਮਾ ਸਵਰਾਜ ਉਹਨਾਂ ਨੇ ਕਿਹਾ ਕਿ ਬਸ਼ਰਮ ਲੋਕ ਨੇ ਇਹਨਾਂ ਨੂੰ ਕਿਸੇ ਦੀ ਜਿਹੜੀ ਹੈ ਆਪਣੀ ਅਦਾਰ ਨਹੀਂ ਪਤਾ ਇਹ ਬਹੁਤ ਕ੍ਰਿਟੀਕਲ ਮੁੱਦਾ ਹੈ ਔਰ ਇਹਦਾ ਹੱਸ ਕੇ ਜਵਾਬ ਦੇਣਾ ਇੱਕ ਬਹੁਤ ਭੱਦਾ ਮਜ਼ਾਕ ਹੈ ਉਹਨਾਂ ਦੇ ਲੋਕਾਂ ਦੇ ਨਾਲ ਜਿਹੜੇ ਅੰਦੋਲਨ ਕਰ ਰਹੇ ਨੇ ਹੁਣ ਸੁਸ਼ਮਾ ਸਵਰਾਜ ਹੋਣੀ ਹੈ ਨਹੀਂ ਹੁਣ ਕੱਲ ਜਿਹੜੀ ਮੀਟਿੰਗ ਸੀ ਉਸ ਤੋਂ ਬਾਅਦ ਕਿਹੜੀ ਗੱਲ ਦੀ ਖੁਸ਼ੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਉਹਨਾਂ ਨੇ ਕਿਹਾ ਕਿ ਇੱਕ ਪੈਰਲਰ ਜਿਹੜਾ ਇੱਕ ਇੱਕ ਜਵਾਬ ਜਿਹੜਾ ਉਹਨਾਂ ਦਾ ਦੇਖਣ ਵਾਲਾ ਸੀਗਾ ਕਿ ਟੋਨ ਦੇਖਣ ਵਾਲੀ ਹੁੰਦੀ ਹੈ ਨਾ ਕਿਉਂਕਿ ਤੁਸੀਂ ਸਮਝ ਸਕਦੇ ਹੋ ਕਿ ਟੋਨ ਕਿਦਾਂ ਦੀ ਹੈ ਇੱਕ ਤਾਂ ਟੋਨ ਇਹ ਸੀ ਕਿ ਹੁਣ ਸੁਪਰੀਮ ਕੋਰਟ ਫਿਰ ਚੱਲੇ ਜਾਣ ਜੀ ਠੀਕ ਹੈ ਦੂਸਰੀ ਟੋਨ ਇਹ ਸੀ ਕਿ ਅਸੀਂ ਪੈਰਲਰ ਡੈਮੋਕ੍ਰੇਸੀ ਦਾ ਕਹਿੰਦੇ ਜੀ ਡੈਮੋਕ੍ਰੇਸੀ ਦਾ ਮਤਲਬ ਹੀ ਡਾਇਲੌਗ ਹੈ ਅਸੀਂ ਡਾਇਲੌਗ ਤਾਂ ਪੈਰਲਰ ਯਾਦ ਕਰਾਦੇ ਰਵਾਂਗੇ ਜੀ ਔਰ ਉਹਨਾਂ ਦਾ ਇੱਕ ਹੋਰ ਉਹ ਜਿਹੜਾ ਇੱਕ ਜਾਂਦੇ ਜਾਂਦੇ ਗੱਲ ਦੱਸ ਗਏ ਕਿ ਜੇ ਇਹ ਨਹੀਂ ਹੋਇਆ ਤੇ ਅਸੀਂ ਜਿਹੜੀਆਂ ਸਾਡੇ ਨਾਲ ਅਸੀਂ ਸਾਡੀਆਂ ਆਪਦੀਆਂ ਬਣਾਈਆਂ ਹੋਈਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਮੰਦੇ ਨੇ ਇਦਾਂ ਦੇ ਬਹੁਤ ਸਾਰੇ ਟਵੀਟ ਹੋਏ ਨੇ ਖੇਤੀਬਾੜੀ ਮੰਤਰੀ ਦੇ ਟਵਿੱਟਰ ਤੋਂ ਤੁਸੀਂ ਜਾ ਕੇ ਜਿਹੜਾ ਟਵਿੱਟਰ ਉਹਨਾਂ ਦੇਖੋ ਤੇ ਉਹਨਾਂ ਨੇ ਕਿਹਾ ਕਿ ਫਲਾਨੀ ਜਿਹੜੀ ਕ੍ਰਾਂਤੀਕਾਰੀ ਸੈਨਾ ਹੈ ਫਲਾਨਾ ਜਿਹੜਾ ਖੇਤੀਬਾੜੀ ਵਿੰਗ ਹੈ ਉਹ ਸਾਡੇ ਨਾਲ ਜਿਹੜਾ ਆ ਉਹ ਸੰਭਵ ਹੋ ਗਏ ਨੇ ਹਾਲਕਿ ਜਦੋਂ ਦੇਖਿਆ ਜਾਂਦਾ ਹੈ ਕਿ ਉਹ ਖੇਤੀਬਾੜੀ ਵਿੰਗ ਜਿਹੜੇ ਨੇ ਉਹ ਹੁਣੇ-ਹੁਣੇ ਬਣਾਏ ਗਏ ਨੇ ਤਾਜ਼ਾ ਤਾਜ਼ੀ ਮਿੱਟੀ ਲੱਪੀ ਉਹਨਾਂ ਦੀ ਉਹ ਦਸੰਬਰ ਦੇ ਵਿੱਚ ਯਾਨੀ ਦਸੰਬਰ 2020 ਦੇ ਵਿੱਚ ਜਿਹੜਾ ਹੈ ਉਹ ਉਹਦੋਂ ਰਜਿਸਟਰ ਹੁੰਦੇ ਨੇ ਸੋ ਜੇ ਤੁਹਾਡੇ ਇੱਡੇ ਰਜਿਸਟਰ ਹੋਏ ਜਿਹੜੇ ਨੇੜੇ ਰਜਿਸਟਰ ਕਰਕੇ ਤੁਸੀਂ ਨੇੜਿਆਂ ਨੂੰ ਕਹਿਣ ਚਾਹੁੰਦੇ ਇਹ ਇਹ ਕਿਤੇ ਨਾ ਕਿਤੇ ਤਾਰ ਪਿੱਡੋ ਕਰਨ ਦੀਆਂ ਗੱਲਾਂ ਨੇ ਫਿਰ ਤੁਸੀਂ ਦੇਖੋ ਕਿ ਸਰਕਾਰਾਂ ਜਿਹੜੀਆਂ ਨੇ ਉਹ ਲਗਾਤਾਰ ਇੱਕ ਐਂਡੀਆਂ ਵੀ ਨਹੀਂ ਜੀ ਤੁਸੀਂ ਕਨਸਟੀਟਿਊਸ਼ਨ ਜਿਹੜਾ ਹੈ ਉਹ ਉਹਦੀ ਸੇਵਿੰਗ ਏਜੰਸੀ ਕੋਲ ਜਾ ਲਿਜੋ ਯਾਨੀ ਕਿ ਤੁਸੀਂ ਨਿਯਾਪਾਲਿਕਾ ਕੋ ਚਲੇ ਜਾਓ ਤੁਸੀਂ ਸੁਪਰੀਮ ਕੋਰਟ ਦੇ ਕੋਲ ਚਲੇ ਜਾਓ ਬਾਈ ਕਿਉਂ ਸੁਪਰੀਮ ਕੋਰਟ ਕੋਲੇ ਜਾਈਏ ਹੈਨਾ ਗੱਲ ਤੁਹਾਡੇ ਨਾਲ ਹੋ ਰਹੀ ਆ ਤੁਹਾਡੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਤੁਸੀਂ ਅਸੀਂ ਸੁਪਰੀਮ ਕੋਰਟ ਤੋਂ ਨਹੀਂ ਜਾਣਾ ਕੱਲ ਰਾਜੇਵਾਲ ਹੁਣੀ ਜਿਹੜੇ ਨੇ ਜਾਣੇ ਕਿ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਗਏ ਸੀਗੇ ਉਹਨਾਂ ਨੇ ਨਕਾਰ ਦਿੱਤਾ ਕਿ ਬਈ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਨਹੀਂ ਜਾਊਗਾ ਤੁਸੀਂ ਸਾਬ ਲਾ ਸਕਦੇ ਹੋ ਕਿ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਜਾਣਾ ਜਾਊਗਾ ਕਿਉਂਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਭਾਰਤ ਹੈ ਜਾਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਨਿਆਇਕ ਪ੍ਰੋਸੀਜਰ ਨੂੰ ਵੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਨਕਾਰਾਤਮਕ ਤਾਂਗ ਦੇ ਨਾਲ ਦੇਖ ਰਹੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉੱਥੇ ਜਾ ਕੇ ਜਿਹੜਾ ਹੈ ਕਿਤੇ ਕੋਈ ਗੰਟ ਸੱਚ ਕਰਕੇ ਜਿਹੜਾ ਹੈ ਇਸ ਮਾਮਲੇ ਨੂੰ ਤਾਰਪਿੱਡੋ ਨਾ ਕੀਤਾ ਜਾਵੇ ਤੁਸੀਂ ਕਹਿ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਿ ਨਿਆਪਾਲਿਕਾ ਦੇ ਵਿੱਚ ਵੀ ਕਿਤੇ ਨਾ ਕਿਤੇ ਯਕੀਨ ਜਿਹੜਾ ਹੈ ਉਹ ਵੀ ਖੋ ਚੁਟਾ ਹੈ ਸਾਡੀ ਸਰਕਾਰ ਨੇ ਕਿਉਂਕਿ ਤੁਸੀਂ ਦੇਖੋ ਰੰਜਨ ਗਗੋਈ ਦੀ ਗੱਲ ਕਰਾਂ ਜਿਹੜੇ ਪਿਛਲੇ ਸੀਜੀ ਹੈ ਰਹਿ ਚੁੱਕੇ ਨੇ ਚੀਫ ਜ ਆਪਣੀ ਰਿਟਾਇਰਮੈਂਟ ਤੋਂ 4 ਕੁ ਮਹੀਨੇ ਬਾਅਦ ਉਹ ਸੰਸਦ ਦੇ ਮੈਂਬਰ ਬਣ ਜਾਂਦੇ ਨੇ ਹਾਂ ਦੇਖੋ ਕਹਿੰਦੇ ਹੁੰਦੇ ਮੱਕਿਓਂ ਪਰਿਆ ਜਾੜਾ ਜੇ ਤੁਸੀਂ ਸੀਜੀਐ ਹੋ ਗਏ ਕਿਸੇ ਚੀਫ ਜਸਟਿਸ ਆਫ ਕੰਟਰੀ ਹੋ ਗਏ ਤਾਂ ਤੁਸੀਂ ਸਾਨੂੰ ਕੀ ਪੋਲਿਟਿਕਸ ਦੇ ਉੱਤੇ ਪਾਉਣ ਦੇ ਲੋਕ ਜਦੋਂ ਉਹ ਪੋਲਿਟਿਕਸ ਉਹਨਾਂ ਨੇ ਜੁਆਇਨ ਕੀਤੀ ਤਾਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਹਿੰਦੇ ਜੀ ਮੈਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਇੱਕ ਤਰੀਕੇ ਨਾਲ ਇੱਕੋ ਰਾਹ ਦੇ ਉੱਤੇ ਚਲਾਉਣ ਲਿਆ ਐਕਚੁਅਲੀ ਇੱਕੋ ਰਾਹ ਤੇ ਚਲਾਉਣਾ ਕਿਉਂ ਤੁਸੀਂ ਤੁਸੀਂ ਸੀਜੀ ਆਈਆ ਤੁਸੀਂ ਚੈੱਕ ਰੱਖਦੇ ਹੋ ਕਿ ਡੈਮੋਕਰੇਸੀ ਪ੍ਰੋਪਰ ਚੱਲਦੀ ਕਿ ਨਹੀਂ ਚੱਲਦੀ ਸਾਡੀ ਜਿਹੜੀ ਪਾਰਲੀਮੈਂਟ ਆ ਜਿਹਨੂੰ ਅਸੀਂ ਕਹਿੰਦੇ ਆ ਸਰਕਾਰੀ ਪਾਰਲੀਮੈਂਟ ਜਿਹੜਾ ਅਸੀਂ ਕਹਿੰਦੇ ਆ ਕਿ ਅਪਰ ਤੇ ਲੋਅਰ ਸੈਸ਼ਨ ਜਿਹੜਾ ਆ ਸਾਡਾ ਲੋਕ ਸਭਾ ਤੇ ਰਾਜ ਸਭਾ ਜੋ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤੇ ਤੁਹਾਡਾ ਫਰਜ਼ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਕੰਮ ਕਰਾਉਣਾ ਨਿਆਂਪਾਲਿਕਾ ਇਸ ਲਈ ਹੁੰਦੀ ਆ ਕਿ ਤੁਸੀਂ ਕਨਸਟੀਟਿਊਸ਼ਨ ਦੀ ਇੱਕ ਤਰੀਕੇ ਨਾਲ ਵਿਆਖਿਆ ਕਰਦੇ ਹੋ ਕੌਨਸਟੀਟਿਊਸ਼ਨ ਨੂੰ ਦੱਸਦੇ ਹੋ ਕਿ ਕਨਸਟੀਟਿਊਸ਼ਨ ਕਿੱਥੇ-ਕਿੱਥੇ ਜਿਹੜਾ ਹੈ ਆਗੂ ਪਰ ਇਸ ਹਿਸਾਬ ਤੋਂ ਲਾ ਸਕਦੇ ਹਾਂ ਕਿ ਤੁਸੀਂ ਰੰਜਨ ਗਗੋਈ ਜਿਹੜੇ ਨੇ ਉਹ ਸੰਸਦ ਦੇ ਮੈਂਬਰ ਬਣ ਜਾਂਦੇ ਨੇ ਤੇ ਫਿਰ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਗੰਢ 60 ਕਿੱਥੇ ਆ ਔਰ ਉਸੇ ਪਾਰਟੀ ਜਿਹੜੀ ਪਾਰਟੀ ਪੋਲਿਟিক্যাল ਪਾਰਟੀ ਸੀਗੀ ਜਿਨ੍ਹਾਂ ਦੇ ਹੱਕ ਦੇ ਵਿੱਚ ਫੈਸਲੇ ਲਏ ਗਏ ਨੇ ਫਿਰ ਕਿਤੇ ਨਾ ਕਿਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਭਾਈ ਉਸ ਜਗ੍ਹਾ ਦੇ ਉੱਤੇ ਜਾ ਕੇ ਵੀ ਸ਼ਾਇਦ ਕਿਤੇ ਸਾਡਾ ਜਿਹੜਾ ਹੱਲ ਹੈ ਉਹ ਨਾ ਕੀਤਾ ਜਾਵੇ ਕਿਉਂਕਿ ਬਾਬ ਦੇ ਸਾਹਿਬ ਜਿਹੜੇ ਨੇ ਜਿਹੜੇ ਪ੍ਰੈਜ਼ੈਂਟ ਸਾਡੇ ਸੀ ਜੀ ਆਏ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਆਰਐਸਐਸ ਪ੍ਰਮੋਟਰ ਰਹੇ ਨੇ ਆਰਐਸਐਸ ਵਿੰਗ ਦੇ ਨੇ ਤੇ ਤੁਸੀਂ ਫਿਰ ਲਾ ਹੀ ਸਕਦੇ ਹੋ ਹਿਸਾਬ ਕਿ ਫਿਰ ਕਿੰਨਾ ਦਾ ਜਿਹੜੇ ਸ਼ੰਕੇ ਨੇ ਉਹ ਪੈਦਾ ਹੋ ਸਕਦੇ ਨੇ ਜਤਿੰਦਰ ਦੇਖੋ ਆਪਣੇ ਸਾਡੇ ਜਿਹੜੇ ਅੰਦੋਲਨਕਾਰੀ ਨੇ ਉਹ ਕਿਸੇ ਵੀ ਤਰੀਕੇ ਦੀ ਕੋਈ ਹਿੰਸਾ ਨਹੀਂ ਕਰ ਰਹੇ ਜਾਣ ਤਾਂ ਹੋਵੇ ਕਿ ਨਾ ਉਹ ਰਾਹ 'ਚ ਲੋਕਾਂ ਦੇ ਘਰ ਤੋੜਦੇ ਜਾਂਦੇ ਆ ਸ਼ੀਸ਼ੇ ਤੋੜਦੇ ਜਾਂਦੇ ਆ ਹਨਾ ਹਲਾ ਲਾਲਾ ਕਰਦੇ ਜਾਂਦੇ ਆ ਉਹ ਰਾਹ 'ਚ ਲੰਘਦੇਆਂ ਹੋਆ ਨੂੰ ਪਾਣੀ ਲੰਗਰ ਪ੍ਰਸ਼ਾਦਾ ਸਾਰਾ ਕੋਸ਼ਿਸ਼ ਕਾਉਂਦੇ ਹੋਏ ਜਾਂਦੇ ਆ ਜੇ ਕੋਈ ਉੱਥੇ ਭੁੱਖਾ ਮਿਲਦਾ ਹੈ ਉਹਨੂੰ ਉੱਥੇ ਖਾਣਾ ਦੇ ਰਹੇ ਨੇ ਔਰ ਸਾਰਿਆਂ ਨੂੰ ਰਹਿਣ ਦਾ ਉੱਥੇ ਇੰਤਜ਼ਾਮ ਕਰ ਰਹੇ ਨੇ ਅੰਦੋਲਨਕਾਰੀਆਂ ਦੇ ਵੱਲੋਂ ਕੋਈ ਵੀ ਪ੍ਰੋਬਲਮ ਨਹੀਂ ਦਿੱਤੀ ਗਈ ਪ੍ਰੋਬਲਮ ਕਨੇ ਦਿੰਦੀ ਹੈ ਸਾਡੀ ਸਰਕਾਰ ਨੇ ਉਹਨਾਂ ਦੇ ਨਾਲ ਬੁਰਾ ਵਿਹਵਾਰ ਕੀਤਾ ਗਿਆ ਸਾਰਾ ਕੁਝ ਸਰਕਾਰ ਕਰਦੀ ਹੈ ਸਰਕਾਰ ਵੱਲੋਂ ਹੁਕਮ ਆਉਂਦੇ ਨੇ ਤਾਂ ਅੱਗੇ ਉਹ ਮਿਲਟਰੀ ਐਂਡ ਪੁਲਿਸ ਹੈਨਾ ਇਹੋ ਜੀਆਂ ਚੀਜ਼ਾਂ ਕਰਦੀ ਹੈ ਤੇ ਸਾਡਾ ਪ੍ਰਧਾਨ ਮੰਤਰੀ ਅਮਰੀਕਾ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਮੈਂ ਦੁਖੀ ਹੋ ਗਿਆ ਮੈਂ ਪਰੇਸ਼ਾਨ ਹੋ ਗਿਆ ਹੈਨਾ ਸਭ ਚੀਜ਼ਾਂ ਤੋਂ ਬਾਅਦ ਇੱਥੇ ਤੁਸੀਂ ਖੁਦ ਕਰਾ ਕੇ ਪਰੇਸ਼ਾਨ ਨਹੀਂ ਹੁੰਨੇ ਹੋ ਤੇ ਉੱਥੇ ਲੋਕ ਆਪਸ ਚ ਕਰ ਰਹੇ ਨੇ ਲੋਕਾਂ ਵੱਲੋਂ ਹੋ ਰਹੀ ਹੈ ਉੱਥੇ ਤਾਂ ਦੁਖੀ ਹੋ ਜਾਂਦੇ ਨੇ ਅਤੇ ਇੱਥੇ ਸਰਕਾਰ ਵੱਲੋਂ ਹੋ ਰਹੀ ਹੈ ਉਦੋਂ ਇਹ ਦੁਖੀ ਨਹੀਂ ਹੁੰਦੇ ਔਰ ਇਸ ਟਾਈਮ ਜਦੋਂ ਦਿੱਲੀ ਦੇ ਵਿੱਚ ਅੰਦੋਲਨ ਦਿਨੋ ਦਿਨ ਵੱਧ ਰਿਹਾ ਹੈ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਇਦਾਂ ਹੁੰਦਾ ਹੈ ਕਿ ਸਰਕਾਰਾਂ ਨੂੰ ਕਿ ਛੇਤੀ ਛੇਤੀ ਜਿੰਨਾ ਲੰਬਾ ਮਤਲਬ ਇਸੇ ਇਸ ਅੰਦੋਲਨ ਨੂੰ ਖਿੱਚਾਂਗੇ ਛੇਤੀ ਛੇਤੀ ਨਹੀਂ ਮੁਕਾਵਾਂਗੇ ਹਨਾ ਚੀਜ਼ਾਂ ਤੇ ਜਿਵੇਂ ਉਹਨਾਂ ਨੇ ਛੇਤੀ ਸਮਾਪਤ ਕਰਦੇ ਤਾਂ ਲੋਕਾਂ ਦੇ ਹੌਂਸਲੇ ਜਿਹੜੇ ਆ ਉਹ ਨਹੀਂ ਟਿਕਣ ਦੇਣ ਇਹਨਾਂ ਨੇ ਹਨਾ ਤੇ ਲੰਬਾ ਕਰਨ ਦਾ ਮਤਲਬ ਹੁੰਦਾ ਹੈ ਕਿਸੇ ਵੀ ਅੰਦੋਲਨ ਨੂੰ ਕਿ ਅੰਦੋਲਨਕਾਰੀਆਂ ਦਾ ਜਿਹੜਾ ਰੁਖ ਹੈ ਉਹ ਬਦਲ ਦਿਓ ਉਹਨਾਂ ਦੇ ਹੌਸਲਿਆਂ ਨੂੰ ਤੋੜ ਦਿਓ ਉਹਨਾਂ ਦੇ ਜਜ਼ਬਿਆਂ ਨੂੰ ਮੁਕਾ ਦਿਓ ਮੀਟਿੰਗਸ ਨੂੰ ਖਿੱਚਣ ਦਾ ਮਤਲਬ ਇਹ ਹੁੰਦਾ ਹੈ ਕਿ ਕਿਤੇ ਅੱਕ ਜਾਣਗੇ ਥੱਕ ਜਾਣਗੇ ਔਰ ਫੇ ਕਹਿਣਗੇ ਕਿ ਕੋਈ ਹੱਲ ਤਾਂ ਨਿਕਲਦਾ ਨਹੀਂ ਚਲੋ ਆਪਣੇ ਆਪਣੇ ਘਰਾਂ ਨੂੰ ਚਲੀਏ ਇਹ ਚੀਜ਼ ਹੁਣ ਹੋ ਰਹੀ ਹੈ ਇਹ ਲਗਾਤਾਰ ਹੋਣੀ ਹੈ ਕੱਲ ਮੈਂ ਤੇ 모ਹਿਤ ਵੀ ਗੱਲ ਕਰ ਰਹੇ ਸੀਗੇ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਕੋਈ ਸੋਚ ਕੇ ਫੈਸਲਾ ਲਿਆ ਹੈ ਸਾਡੇ ਆਗੂਆਂ ਨੇ ਕਿ 6-6 ਮਹੀਨਿਆਂ ਦਾ ਹੀ ਕਿਉਂ ਲੈ ਕੇ ਅੰਨ ਨਿਕਲੇ ਨੇ ਸਾਲ-ਸਾਲ ਦਾ ਹੀ ਕਿਉਂ ਨਿਕਲੇ ਨੇ 15-20 ਦਿਨਾਂ ਦੇ ਵਿੱਚ ਇਸ ਜਾਨ ਨੂੰ ਕਿਉਂ ਨਹੀਂ ਖਤਮ ਕਰ ਦਿੱਤਾ ਗਿਆ ਕਿਉਂਕਿ ਪਤਾ ਹੈ ਕਿ ਅੰਦੋਲਨ ਲੰਬੇ ਚੱਲਣਗੇ ਕੱਲ ਵੀ ਅਸੀਂ ਗੱਲ ਕੀਤੀ ਸੀ ਤੇ ਹੁਣ ਸਰਕਾਰਾਂ ਦੀ ਇਹ ਪੂਰੀ ਵਾਹ ਲੱਗੀ ਹੋਈ ਹੈ ਕਿ ਕੁਝ ਨਾ ਕੁਝ ਅਜਿਹੇ ਤਰੀਕੇ ਨਾਲ ਕੀਤੇ ਜਾਣ ਮਾਪਦੰਡ ਅਪਣਾਈ ਜਾਣ ਜਿਸ ਦੇ ਨਾਲ ਅੰਦੋਲਨ ਬਿਖਰੇ ਅੰਦੋਲਨ ਖਤਮ ਹੋਵੇ ਤੇ ਵੱਡੇ ਵੱਡੇ ਅੱਖਰ ਜਿਹੜੇ ਨੇ ਨੈਸ਼ਨਲ ਮੀਡੀਆ ਕਿਸਾਨਾਂ ਦੇ ਖਿਲਾਫ ਬੋਲ ਦਿੰਦਾ ਹੈ ਉਦੋਂ ਸਰਕਾਰ ਦੇ ਕੰਨਾਂ ਤੇ ਜੂ ਵੀ ਨਹੀਂ ਰੇਂਗਦੀ ਕਿਉਂ ਨਹੀਂ ਰੇਂਗਦੀ ਕਿਉਂਕਿ ਸਰਕਾਰ ਆਪ ਨਾਲ ਰਲ ਰਹੀ ਹੋਈ ਹੈ ਔਰ ਉਹ ਚਾਹੁੰਦੀ ਹੈ ਕਿ ਇਹਨਾਂ ਅੰਦੋਲਨਾਂ ਨੂੰ ਖਤਮ ਕਰਕੇ ਇਹਨਾਂ ਨੂੰ ਪੰਗ ਕਰ ਦਿੱਤਾ ਜਾਵੇ ਪਰ ਸਵਾਲ ਹੁਣ ਇਹ ਉੱਠਦਾ ਹੈ ਕਿ ਇੰਨਾ ਕੁਝ ਹੋਣ ਤੋਂ ਬਾਅਦ ਵੀ ਪੰਜਾਬ ਖੜਦਾ ਹੈ ਨਾਲ ਹਰਿਆਣਾ ਖੜਦਾ ਹੈ ਨਾਲ ਬਿਹਾਰ ਖੜਦਾ ਹੈ ਜੂਪੀ ਖੜਦਾ ਹੈ ਤੇ ਹੁਣ ਸਾਊਥ ਚੋ ਵੀ ਕਿੰਨੇ ਜ਼ਿਆਦਾ ਕਿਸਾਨ ਨੇ ਜਿਹੜੇ ਨਾਲ ਰਲ ਚੁੱਕੇ ਨੇ ਨਾਲ ਖੜ ਚੁੱਕੇ ਨੇ ਇਹ ਅੰਦੋਲਨ ਪਖਣ ਲੱਗ ਗਿਆ ਪਹਿਲਾਂ ਇੱਕ ਦੋ ਲੱਕੜਾਂ ਦੀ ਅੱਗ ਸੀ ਹੁਣ ਵੱਡਾ ਸਾਰਾ ਧੂਣਾ ਵੱਲ ਗਿਆ ਹੈ ਨਾ ਜਿੱਦਾਂ ਲੋੜੀ ਦਾ ਵੱਡਾ ਧੂਣਾ ਲਾਈਦਾ ਸਾਰੇ ਲੋਕ ਇਕੱਠੇ ਹੋ ਰਹੇ ਨੇ ਜੋਸ਼ ਜਜ਼ਬਾ ਦਿਨੋ ਦਿਨ ਵਧਣ ਲੱਗ ਗਿਆ ਕਿਉਂ ਕਿ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਕਹਿੰਦੇ ਹਰ ਬੰਦੇ ਦਾ ਇੱਕ ਦਿਨ ਅੰਤ ਹੁੰਦਾ ਹੈ ਸ਼ਾਇਦ ਮੈਨੂੰ ਲੱਗਦਾ ਹੈ ਕਿ ਸਾਡੀਆਂ ਜਿਹੜੀਆਂ ਕੂਟਨੀਤਿਕ ਸਰਕਾਰਾਂ ਨੇ ਕਟੜ ਸਰਕਾਰਾਂ ਨੇ ਉਹਨਾਂ ਦਾ ਅੰਤ ਹੋ ਰਿਹਾ ਹੈ ਔਰ ਲੋਕਾਂ 'ਚ ਜਿਹੜੀ ਜਾਗਰੂਕਤਾ ਪੈਦਾ ਹੋ ਰਹੀ ਹੈ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਹੁਣ ਤਾਂ ਬਸ ਨਾਲ-ਨਾਲ ਇਹਨਾਂ ਕਾਨੂੰਨਾਂ ਨੂੰ ਖਤਮ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਤੀਫਾ ਜਿਹੜਾ ਉਹ ਮੰਗ ਲੈਣਾ ਚਾਹੀਦਾ ਹੈ ਵਾਕ ਕਿਤਨਾ ਕਿਤੇ ਲੱਗਦਾ ਤੇ ਇਹ ਹੀ ਹੈ ਕਿ ਸ਼ਾਇਦ 임ਪੀਚਮੈਂਟ ਜਿਹੜਾ ਇੱਕ ਮੁੱਦਾ ਹੈ ਉਹ ਛੜੇ ਤੇ ਕਿਉਂਕਿ ਅਮਰੀਕਾ ਦੇ ਵਿੱਚ ਤਾਂ ਛੜ ਚੁੱਕਾ ਹੈ ਕਿ 임ਪੀਚਮੈਂਟ ਹੋਣੀ ਚਾਹੀਦੀ ਹੈ ਜੀ ਪਰ ਚਲੋ ਇਹ ਕਿਤਨਾ ਦੇਰ ਸਵਿਰਦੀਆਂ ਗੱਲਾਂ ਨੇ ਸ਼ਾਇਦ ਜਦੋਂ ਕਹਿੰਦੇ ਹੁੰਦੇ ਨੇ ਕਿ ਤੁਸੀਂ ਇੱਕ ਚੰਗੇ ਰਾਹ ਤੇ ਤੁਰਦੇ ਹੋ ਤਾਂ ਫਿਰ ਇਦਾਂ ਦੇ ਰਾਹ ਆਪਣੇ ਆਪ ਨਿਕਲਦੇ ਜਾਂਦੇ ਨੇ ਪਰ ਜਦੋਂ ਰਾਹ ਦੀ ਗੱਲ ਕਰੀਏ ਤੇ ਸ਼ਾਇਦ ਗਵਰਨਮੈਂਟ ਜੜੀ ਹੈ ਉਹ ਰਾਹ ਕੱਢਣ ਦੇ ਲਈ ਹੁਣ ਬਾਬਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਕਹਿ ਲਓ ਕਿ ਉਹਨਾਂ ਨੇ ਉਹਨਾਂ ਆਗੂਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਜਿਹੜੇ ਧਾਰਮਿਕ ਜਥੇਬੰਦੀਆਂ ਦੇ ਨਾਲ ਸੰਬੰਧਿਤ ਨੇ ਮੈਂ ਗੱਲ ਨੇ ਉਹਨਾਂ ਦੀ ਗੱਲ ਹੋਈ ਠੀਕ ਹੈ ਉਹਨਾਂ ਨੇ ਕਿਹਾ ਬੀਜੀ ਮੈਂ ਤਾਂ ਗੱਲ ਕੀਤੀ ਆ ਨਿਰੰਦਰ ਸਿੰਘ ਤੋਂ ਮਰ ਹੋਣਾ ਦੇ ਨਾਲ ਫਿਰ ਦੂਸਰੇ ਬੰਨੇ ਉਹਨਾਂ ਨੇ ਅੱਜ ਜਿਹੜੀ ਖਬਰ ਆਪਾਂ ਅਖਬਾਰਾਂ ਚ ਦੇਖ ਰਹੇ ਆ ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਯਾਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੂੰ ਵੀ ਕਿਹਾ ਵੀ ਸ਼ਾਇਦ ਉਹਨਾਂ ਦੇ ਨਾਲ ਮੀਟਿੰਗ ਹੋ ਸਕਦੀ ਹੈ ਸੋ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਤੁਹਾਡੇ ਨਾਲ ਮੀਟਿੰਗ ਕਰ ਰਹੇ ਨੇ ਉਹ ਤਾਂ ਕਿਸਾਨ ਨੇ ਉਹ ਖੇਤੀ ਕਰਦੇ ਨੇ ਅੰਦੋਲਨਾਂ ਦਾ ਉਹਨਾਂ ਨੂੰ ਬੜਾ ਅਭਿਆਸ ਹੈ ਬੜੇ ਲੰਬੇ ਸਾਲੇ ਤੋਂ ਜੇ ਡਾਕਟਰ ਦਰਸ਼ਨਾਲਾ ਦੀ ਗੱਲ ਕਰੀਏ ਡਾਕਟਰ ਇਦਾਂ ਦੇ ਬਹੁਤ ਸਾਰੇ ਹੋਰ ਨੇ ਰਾਜਿਆਲ ਦੀ ਗੱਲ ਕਰੀਏ ਆਪਾਂ ਉ ਉਹਦੀ ਗੱਲ ਕਰੀਏ ਤੇ ਲੰਬੇ ਸਮੇਂ ਦਾ ਇਤਿਹਾਸ ਹੈ ਬੜੇ ਬੜੇ ਜਿਹੜੇ ਕਿਸਾਨ ਅੰਦੋਲਨ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਰਹੇ ਨੇ ਤੁਸੀਂ ਉਹਨਾਂ ਦੇ ਨਾਲ ਜੇ ਗੱਲ ਨਹੀਂ ਕਰਕੇ ਸਵਾਰ ਸਕਦੇ ਤਾਂ ਤੁਹਾਨੂੰ ਲੱਗਦਾ ਹੈ ਕਿ ਉਹ ਬਾਬੇ ਜਿਨ੍ਹਾਂ ਨੇ ਸ਼ਾਇਦ ਕਦੇ ਖੇਤੀ ਕੀਤੀ ਵੀ ਨਹੀਂ ਹੈਗੀ ਤੁਸੀਂ ਉਹਨਾਂ ਦੇ ਨਾਲ ਜਿਹੜਾ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢ ਸਕਦੇ ਹੋ ਜਤਿੰਦਰ ਮੈਂ ਨਾ ਇੱਥੇ ਇੱਕ ਗੱਲ ਕਹਿਣਾ ਚਾਹੂੰਗੀ ਸਿੰਪਲ ਗੱਲ ਹੈ ਸਪਸ਼ਟ ਗੱਲ ਹੈ ਕਿ ਭਾਰਤ ਦੇ ਜਿਹੜੇ ਲੋਕ ਨੇ ਉਹ ਧਰਮ ਦੇ ਨਾਲ ਬਹੁਤ ਇਮੋਸ਼ਨਲੀ ਜੁੜੇ ਹੋਏ ਹੁੰਦੇ ਨੇ ਬਹੁਤ ਡੂੰਘਾ ਅਸਰ ਕਰਦਾ ਧਰਮ ਉਹਨਾਂ ਤੇ ਤੇ ਧਰਮ ਦੇ ਵਿੱਚ ਜਦੋਂ ਰਾਜਨੀਤੀ ਆ ਜਾਂਦੀ ਹੈ ਆਪਣੇ ਫਾਇਦੇ ਲੈਣ ਨੂੰ ਆਉਂਦੀ ਹੈ ਹੁਣ ਰਾਜਨੀਤੀ ਮੈਂ ਤੁਹਾਨੂੰ ਕਿਹਾ ਨਾ ਬੱਕਰੇ ਬੱਕਰੇ ਹੱਥ ਕੰਡੇ ਅਪਣਾ ਰਹੇ ਨੇ ਹੁਣ ਉਹਨਾਂ ਨੇ ਸੋਚਿਆ ਕਿ ਧਰਮ ਦਾ ਪੱਲਾ ਫੜਿਆ ਜਾਵੇ ਇਹਨਾਂ ਲੋਕਾਂ ਨੂੰ ਹਿਲਾਉਣ ਦੇ ਲਈ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇਹ ਕਲੀਅਰ ਕਰ ਦਿੱਤਾ ਕਿਸਾਂ ਜਥੇਬੰਦੀਆਂ ਨੇ ਉਸ ਦਿਨ ਬੀ ਖਾਸ ਸਿੰਘ ਹੁਣਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਭਈ ਇਹ ਗੱਲ ਨਹੀਂ ਪਾਟਣੀ ਹੈਗੀ ਤੁਸੀਂ ਜਿਹੜਾ ਹੈ ਆਪਣਾ ਅਕਸ ਨਾ ਗਵਾ ਲਿਓ ਕਿਤੇ ਸਾਡੇ ਚੱਕਰ ਦੇ ਵਿੱਚ ਤੁਸੀਂ ਇਸ ਮੁੱਦੇ ਤੋਂ ਪਿੱਛੇ हट ਜਾਓ ਹੁਣ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੁਣੇ ਜੜੇ ਨੇ ਉਹ ਸਿਆਣੇ ਨੇ ਕਿਉਂਕਿ ਉਹ ਪਹਿਲਾਂ ਬਿਆਨ ਦੇ ਚੁੱਕੇ ਨੇ ਕਿ ਇਹ ਪਾਰਟੀ ਜਿਹੜੀ ਹੈ ਉਹਨਾਂ ਨੇ ਖিলাਫਤ ਦੇ ਬਰਾਹਮਦ ਦਿੱਤੇ ਨੇ ਬੜੇ ਬੜੇ ਭੜਕਕੇ ਮਤਲਬ ਇਹ ਕਹ ਲਿਓ ਕਿ ਬੜੇ ਗੁਸੇਲੇ ਬਿਆਨ ਜਿਹੜੇ ਨੇ ਉਹਨਾਂ ਨੇ ਇਸ ਬੀਜੇਪੀ ਸਰਕਾਰ ਦੇ ਜਿਹੜੇ ਵਿਰੁੱਧ ਦਿੱਤੇ ਨੇ ਕਿਉਂਕਿ ਉਹ ਉਹਨਾਂ ਨੇ ਪਹਿਲਾਂ ਬਿਆਨ ਦੇ ਚੁੱਕੇ ਨੇ ਕਿਉਂਕਿ ਉਹ ਕਿਉਂਕਿ ਜਦੋਂ ਅਸੀਂ ਬਾਬਾ ਲੱਖਾ ਸਿੰਘ ਦੀ ਗੱਲ ਕਰੀਏ ਤੇ ਬਾਬਾ ਲੱਖਾ ਸਿੰਘ ਵੀ ਕਿਸੇ ਉਸ ਭਾਈਵਾਲ ਜਿਹੜੀ ਰਾਜਨੀਤਿਕ ਪਾਰਟੀ ਦਾ ਕਹਿੰਦੇ ਨੇ ਕਿ ਉਹਦੇ ਤੇ ਸਿਰ ਹੱਥ ਹੈ ਔਰ ਉਸ ਭਾਈਵਾਲ ਜਿਹੜੀ ਪਾਰਟੀ ਨੇ ਹੀ ਕਹਿੰਦੇ ਜਿਹੜਾ ਉਹ ਮੀਟਿੰਗ ਵੀ ਕਰਾਈ ਸੀ ਹੁਣ ਸ਼ਾਇਦ ਇਹ ਵੀ ਹੋ ਸਕਦਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਐਫਐਸਜੀਪੀਸੀ ਵੀ ਜਿਹੜੀ ਹੈ ਉਹ ਕਿਤੇ ਭਾਈਵਾਲ ਤੇ ਸ਼ਾਇਦ ਇਹ ਮੀਟਿੰਗ ਵੀ ਉਸੇ ਭਾਈਵਾਲ ਮੀਟਿੰਗ ਨੇ ਰਾਜਨੀਤਿਕ ਪਾਰਟੀ ਆ ਉਹਨੇ ਕਰਾਣੀ ਹੋਵੇ ਸੋ ਕਿਤੇ ਨਾ ਕਿਤੇ ਕੁਝ ਵੀ ਹੋ ਸਕਦਾ ਪਰ ਇੱਥੇ ਜਿਹੜਾ ਹੈ ਕਿਸਾਨ ਆਗੂ ਜਿਹੜੇ ਨੇ ਮੈਂ ਹਰ ਵਾਰ ਕਹਿਣਾ ਕਿ ਉਹ ਬਹੁਤ ਸਟ੍ਰੀਕ ਫੈਸਲਾ ਲੈ ਰਹੇ ਨੇ ਉਹਨਾਂ ਨੇ ਫੈਸਲਾ ਅਕਾਲ ਤਖਤ ਜਿਹੜਾ ਹੈ ਉਸ ਉਹਦਾ ਅਸੀਂ ਬਹੁਤ ਰਿਗਾਰਡ ਕਰਦੇ ਆ ਸਾਡੇ ਉਹ ਕਿਉਂਕਿ ਸਰਵਉੱਚ ਹੈ ਸਾਡੇ ਲਈ ਪੰਜਾਬੀਆਂ ਦੇ ਲਈ ਸਿੱਖਾਂ ਦੇ ਲਈ ਪਰ ਉਹ ਜਿਹੜਾ ਮਸਲਾ ਹੈ ਜਿਹੜਾ ਕਿਸਾਨੀ ਮਸਲਾ ਹੈ ਉਹ ਨਰੋਲ ਕਿਸਾਨਾਂ ਦਾ ਹੈ ਹੁਣ ਇਹਦੇ ਵਿੱਚ ਜਿਹੜਾ ਹੈ ਇਹ ਧਰਮ ਜਿਹੜਾ ਹੈ ਉਹ ਸ਼ਾਇਦ ਇੰਨੀ ਦਖਲਅੰਦਾਜ਼ੀ ਨਾ ਦੇਵੇ ਤਾਂ ਜੋ ਜਿਹੜਾ ਹੈ ਕਿਉਂਕਿ ਇੱਕ ਤਰੀਕੇ ਦੇ ਨਾਲ ਧਾਰਮਿਕ ਰੰਗਣ ਲੰਗਿਆ ਜਾ ਰਿਹਾ ਇਹਦਾ ਇਹਦਾ ਮਤਲਬ ਇਹ ਹੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਇਹ ਕੱਲੇ ਸਿੱਖਾਂ ਦਾ ਹੈ ਜੀ ਕਿਉਂਕਿ ਪਹਿਲਾ ਬਾਬਾ ਲੱਖਾ ਸਿੰਘ ਨਾਲ ਗੱਲ ਹੁੰਦੀ ਆ ਇਸ ਤੋਂ ਬਾਅਦ ਹੁਣ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲ ਹੁੰਦੀ ਆ ਸੋ ਕਿਤੇ ਨਾ ਕਿਤੇ ਉਹਨਾਂ ਦਾ ਮਤਲਬ ਇਹ ਹੀ ਆ ਪਹਿਲਾਂ ਉਹ ਕਹਿੰਦੇ ਸੀ ਕਿ ਜੀ ਪੰਜਾਬੀਆਂ ਨੂੰ ਹੀ ਪ੍ਰੋਬਲਮ ਆ ਇਹ ਤਾਂ ਪੰਜਾਬੀ ਵਾਲੇ ਆ ਬਾਕੀ ਤਾਂ ਕੋਈ ਹੋਰ ਕਿਸੇ ਨੂੰ ਹੈ ਹੀ ਨਹੀਂਗੀ ਫਿਰ ਹੁਣ ਕਿਤੇ ਨਾ ਕਿਤੇ ਇਹ ਰੰਗਤ ਹੈ ਕਿ ਇਹਨੂੰ ਸਿੱਖ ਰੰਗਤ ਦੇ ਲਈ ਹੈ ਕਿ ਸਿੱਖ ਉੱਥੇ ਜਿਹੜੇ ਨੇ ਸਿਰਫ ਤੇ ਸਿਰਫ ਉਹ ਪ੍ਰੋਟੈਸਟ ਕਰ ਤੁਹਾਨੂੰ ਕੀ ਲੱਗਦਾ ਹੈ ਜੀ ਜਤਿੰਦਰ ਮੈਂ ਜਿਵੇਂ ਪਹਿਲਾਂ ਹੀ ਕਿਹਾ ਹੈ ਕਿ ਕਿਸਾਨਾਂ ਦੇ ਹੌਸਲੇ ਨੂੰ ਤੋੜਨਾ ਉਹਨਾਂ ਦੇ ਜੋਸ਼ ਨੂੰ ਖਰਾਬ ਕਰਨਾ ਔਰ ਇਦਾਂ ਦੀਆਂ ਚਾਲਾਂ ਚੱਲਣੀਆਂ ਜਿਸ ਦੇ ਨਾਲੇ ਅੰਦੋਲਨ ਭੰਗ ਹੋ ਸਕੇ ਪਰ ਸਾਨੂੰ ਪਤਾ ਹੈ ਕਿ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਬਿਲਕੁਲ ਵੀ ਹਾਰਨਗੇ ਨਹੀਂ ਘਬਰਾਉਣਗੇ ਨਹੀਂ ਔਰ ਇਹ ਅੰਦੋਲਨ ਜਿਹੜਾ ਹੈ ਪੂਰਾ ਹੋਏਗਾ ਸਾਨੂੰ ਬਣਦੇ ਹੋਏ ਹੱਕ ਮਿਲਣਗੇ ਪਰ ਫਿਲਹਾਲ ਪ੍ਰੋਗਰਾਮ ਅਖਬਾਰ ਨਾਮਾ ਮੈਂ ਤੇ ਜਤਿੰਦਰ ਇੱਥੇ ਹੀ ਖਤਮ ਕਰਦੇ ਆ ਜਾਨਕਿ ਮੈਨੂੰ ਬਰਨ ਕੌਰਮਾਨ ਤੇ ਜਤਿੰਦਰ ਸਿੰਘ ਖੈਰਾ ਨੂੰ ਤੁਸੀਂ ਦਿਵਾ ਗਿਆ ਬਣੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਦੇ ਨਾਲ ਔਰ ਸਾਡਾ YouTube ਚੈਨਲ ਤੁਸੀਂ ਪੰਜਾਬ ਮੇਲ ਯੂਐਸਏ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਆਪਣੇ ਕੋਈ ਵੀ ਸਵਾਲ ਜਿਹੜੇ ਤੁਹਾਡੇ ਥਾਟਸ ਨੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਦਿਓ ਆ ਗਿਆ ਸਤਿ ਸ਼੍ਰੀ ਅਕਾਲ